ਪਹਿਲਾਂ ਤਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਬਹੁਤ ਭਾਗਾਂ ਵਾਲੇ ਹਾਂ ਜੋ ਕਿ ਆਪਣੇ ਵਿੱਚ ਡਾਕਟਰ ਹਰਸ਼ੰਦਰ ਕੌਰ ਜੀ ਪਹੁੰਚੇ ਹਿਆਨ ਜਿਨ੍ਹਾਂ ਨੇ ਆਪਣੇ ਬਹੁਤ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਆਪਣੇ ਗੁਰੂ ਨਾਨਕ ਗੁਰਦਰਾ ਸਾਹਿਬ ਦੀ ਸੰਗਤ ਨੂੰ ਟਾਈਮ ਦਿੱਤਾ ਹੈ ਤੇ ਉਹਨਾਂ ਦੇ ਨਾਨਾ ਜੀ ਜਿਹੜੇ ਸਾਹਿਬ ਸਿੰਘ ਸੀਗੇ ਉਹ ਵੀ ਬਹੁਤ ਵਿਦਵਾਨ ਸਿੰਘੇ ਜਿਨ੍ਹਾਂ ਤੋਂ ਇਹਨਾਂ ਨੂੰ ਇਹ ਰੀਤ ਪਈ ਹੈ ਹੋਣ ਮੈਂ ਸਾਰਿਆਂ ਦਾ ਆਿਆਂ ਦਾ ਜੀ ਆਇਆਂ ਆਖਦਾ ਹਾਂ ਅਤੇ ਧੰਨਵਾਦ ਕਰਦਾ ਹਾਂ ਬੜਾ ਸਮਾਂ ਨਾਲ ਲੈਂਦੇ ਹੋਏ ਆਪਾਂ ਡਾਕਟਰ ਸਰਦੂਲ ਸਿੰਘ ਜੀ ਮਰਵਾਹ ਨੂੰ ਬੇਨਤੀ ਕਰਦੇ ਹਾਂ ਕਿ ਉਹ ਇਹਨਾਂ ਨੂੰ ਇੰਟਰੋਡਕਸ਼ਨ ਕਰਾ ਕੇ ਤਾਂ ਸ਼ੁਰੂ ਲੈਕਚਰ ਸ਼ੁਰੂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਆਉਣ ਦਾ ਸਾਰਿਆਂ ਦਾ ਧੰਨਵਾਦ ਜਿਵੇਂ ਪ੍ਰਧਾਨ ਜੀ ਨੇ ਕਿਹਾ ਹੈ ਸਾਨੂੰ ਇਹ ਜਿਹੜਾ ਸਮਾਂ ਡਾਕਟਰ ਹਰਸ਼ਿੰਦਰ ਕੌਰ ਜੀ ਨੇ ਦਿੱਤਾ ਹੈ ਥੋੜੀ ਜਿਹੀ ਦਿਨਾਂ ਲਈ ਬਹੁਤ ਹੀ ਦੁਨੀਆ ਭਰ ਦੇ ਹਰ ਮੁਲਕਾਂ ਦੇ ਵਿੱਚ ਜਾ ਕੇ ਗੁਰੂ ਨਾਨਕ ਦਾ ਉਹ ਸੰਦੇਸ਼ ਬਾਕੀ ਕਮਿਊਨਿਟੀਆਂ ਦੇ ਵਿੱਚ ਵੀ ਜੋ ਇਹ ਦੇ ਰਹੇ ਨੇ ਹੁਣੇ-ਹੁਣੇ ਇਹ ਵਾਸ਼ਿੰਗਟਨ ਤੋਂ ਆਏ ਨੇ ਜਿੱਥੇ ਤਕਰੀਬਨ 50 ਹਜ਼ਾਰ ਦੀ ਗਿਣਤੀ ਦੇ ਵਿੱਚ ਉਸ ਸਟੇਜ ਤੇ ਬੋਲੇ ਜਿੱਥੇ ਕੈਨੇਡੀ ਵਰਗੇ ਓਬਾਮਾ ਵਰਗੇ ਮਾਰਟਨ ਲੂਥਰ ਕਿੰਗ ਵਰਗੇ ਜਿਹੜੀ ਸਟੇਜ ਦੇ ਉੱਤੇ ਬੋਲੇ ਉੱਥੋਂ ਇਹ ਹੁਣ ਬੋਲ ਕੇ ਆਏ ਨੇ ਪਰ ਉਸ ਤੋਂ ਪਹਿਲਾਂ ਸਵਿਟਜ਼ਰਲੈਂਡ ਨਾਰਵੇ ਨਿਊਜ਼ੀਲੈਂਡ ਤੇ ਉੱਥੋਂ ਐਤੋਂ ਬਾਹਰ ਜਾ ਕੇ ਇਹਨਾਂ ਨੇ ਕੈਨੇਡਾ ਜਾਣਾ ਕੈਨੇਡਾ ਤੋਂ ਬਾਅਦ ਇਹਨਾਂ ਨੇ ਆਸਟ੍ਰੇਲੀਆ ਜਾਣਾ ਤੇ ਮੇਰੇ ਖਿਆਲ ਦੁਨੀਆ ਦਾ ਕੋਈ ਐਸਾ ਮੁਲਕ ਨਹੀਂ ਕਿ ਜਿੱਥੇ ਡਾਕਟਰ ਹਰਸ਼ਿੰਦਰ ਕੌਰ ਜੀ ਨਹੀਂ ਗਏ ਹੋਣਗੇ ਔਰ ਖਾਸ ਕਰਕੇ ਜਿਹੜੀ ਗੱਲ ਇਹ ਕਰ ਰਹੇ ਨੇ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ ਔਰ ਅਸੀਂ ਇਹ ਗੁਰੂ ਮਹਾਰਾਜ ਦੀ ਬਾਣੀ ਨੂੰ ਮੇਰੇ ਖਿਆਲ 500 ਸਾਲ ਤੋਂ ਪੜਦੇ ਆ ਰਹੇ ਆ ਅਸੀਂ ਇਹਦੇ ਤੇ ਕਿੰਨਾ ਕ ਅਮਲ ਕੀਤਾ ਹੈ ਅਸੀਂ ਇਹਦੇ ਤੇ ਕਿੰਨੇ ਕ ਫੁੱਲ ਚੜਾਏ ਨੇ ਅਸੀਂ ਆਪਣੇ ਜਰਾ છાਤੀ ਮਾਰ ਕੇ ਦੇਖੀਏ ਇਸ ਸਿੱਖੀ ਦੇ ਵਿੱਚ ਹਲੇ ਕਿੰਨੀਆਂ ਊਨਤਾਈਆਂ ਨੇ ਬੀਬੀਆਂ ਕੀਰਤਨ ਮਹਾਰਾਜ ਦੇ ਹਜ਼ੂਰ ਦਰਬਾਰ ਸਾਹਿਬ ਚ ਨਹੀਂ ਕਰ ਸਕਦੀਆਂ بڑے بڑے ਸਵਾਲ ਖੜੇ ਹੋ ਰਹੇ ਨੇ ਪਰ ਉਹਨਾਂ ਦੇ ਸਵਾਲਾਂ ਦੇ ਜਵਾਬ ਜਿਹੜੇ ਦੇਣ ਵਾਲੇ ਆ ਉਹ ਕੋਈ ਇਸ ਸਹੀ ਦੇ ਲੀਡ ਦੇ ਨਾਲ ਜਵਾਬ ਨਹੀਂ ਦੇ ਰਿਹਾ ਜਿਹੜੇ ਸਾਨੂੰ ਜਵਾਬ ਚਾਹੀਦੇ ਆ ਕਿ ਜੇ ਗੁਰੂ ਨਾਨਕ ਨੇ ਸਾਨੂੰ ਇਕਵੈਲਿਟੀ ਦਿੱਤੀ ਸੀ 500 ਸਾਲ ਪਹਿਲਾਂ ਤੇ ਅਸੀਂ ਝਾਤ ਮਾਰ ਕੇ ਦੇਖਣਾ ਕਿ ਸਾਡੇ ਵਿੱਚ ਉਹ ਇਕਵੈਲਿਟੀ ਆਈ ਕਿ ਨਹੀਂ ਆਈ ਬਾਕੀ ਜਿਹੜੇ ਇਹ ਡਿਵੈਲਪਡ ਮੁਲਕ ਨੇ ਇੰਗਲੈਂਡ ਵਰਗੇ ਅਮਰੀਕਾ ਵਰਗੇ ਸੋ ਇਹਨਾਂ ਮੁਲਕਾਂ ਦੇ ਵਿੱਚ ਦੇਖੋ ਕਾਨੂੰਨ ਬਣ ਰਹੇ ਨੇ ਇਕਵੈਲਿਟੀ ਦੇ ਜੈਂਡਰ ਦੇ ਪੇ ਜਿਹੜਾ ਗੈਪ ਆ ਉਹਦੇ ਤੇ ਤੇ ਅਸੀਂ ਹਲੇ ਕਿੱਥੇ ਖੜੇ ਆ ਸਾਨੂੰ ਇਹ ਜ਼ਰੂਰ ਝਾਤੀ ਮਾਰਨੀ ਪਵੇਗੀ ਮੈਂ ਬਹੁਤਾ ਸਮਾਂ ਨਾਲ ਲਵਾਂ ਇਹਨਾਂ ਨੇ ਜੋ ਔਰਤਾਂ ਲਈ ਹੋ ਰਹੀ ਦਰਦ ਦੁਰਦਸ਼ਾ ਬੇਪਤੀ ਵਿਤਕਰਾ ਬਲਾਤਕਾਰ ਬੇਇਨਸਾਫੀ ਵਦੀਕੀਆਂ ਦਾਜ ਦੀ ਬਲੀ ਤੇ ਭਰੂਣ ਹੱਤਿਆ ਦੇ ਕਾਰਨ ਇਹਨਾਂ ਕੁਛ ਇਹਨਾਂ ਨੇ ਪਿਛਲੇ 26 ਸਾਲ ਤੋਂ ਇਹ ਕਰਦੇ ਆ ਰਹੇ ਨੇ ਪਰ ਇਹਨਾਂ ਦਾ ਚੈਲੰਜ ਚੁਣੌਤੀ ਇਹ ਹੀ ਰਹੀ ਹੈ ਕਿ ਔਰਤ ਨੂੰ ਹੀ ਔਰਤ ਦੀ ਗੱਲ ਕਿਉਂ ਕਰਨੀ ਪੈ ਰਹੀ ਹੈ ਮਰਦ ਸਮਾਜ ਪ੍ਰਧਾਨ ਮਰਦ ਕੀ ਕਰ ਰਿਹਾ ਸੇ ਉਹ ਗੱਲਾਂ ਕਿੱਥੇ ਗਈਆਂ ਜਦੋਂ 20 ਹਜ਼ਾਰ ਲੜਕੀਆਂ ਨੂੰ ਛਡਾਉਣ ਵਾਲੇ ਸਾਡੇ ਸਰਦਾਰ ਤੇ ਅੱਜ ਕਿੰਨੇ ਅਬਦਾਲੀ ਪੰਜਾਬ ਦੇ ਵਿੱਚ ਨੇ ਕਿੰਨੇ ਬਲਾਤਕਾਰ ਹੋਏ ਨੇ ਕਿੰਨੀ ਭਰੂਣ ਹੱਤਿਆ ਹੋ ਰਹੀ ਹੈ ਤੇ ਅੱਜ ਸਰਦਾਰ ਕਿੱਥੇ ਨੇ ਅੱਜ ਸਰਦਾਰਾਂ ਦੀਆਂ ਕਿਰਪਾਨਾਂ ਦੇ ਉੱਤੇ ਹਸ ਕਿਉਂ ਨਹੀਂ ਜਾਂਦਾ ਆਪਸ ਵਿੱਚ ਲੜਾਈਆਂ ਹੋ ਰਹੀਆਂ ਨੇ ਵੈਸੇ ਖੈਰ ਮੈਂ ਇਸ ਪਾਸੇ ਬਹੁਤਾ ਨਾ ਜਾਵਾਂ ਕਿਉਂਕਿ ਇਹ ਸਾਰੀਆਂ ਗੱਲਾਂ ਜਿਹੜੀਆਂ ਇਹ ਡਾਕਟਰ ਹਰਸ਼ਿੰਦਰ ਕੌਰ ਜੀ ਹੀ ਕਰਨਗੇ ਕਰਦੇ ਆਏ ਨੇ ਮੈਂ ਇਹਨਾਂ ਨੂੰ ਬੇਨਤੀ ਕਰਾਂ ਕਿ ਪਿਛਲੇ 26 ਸਾਲ ਤੋਂ ਇਹ ਜਿਹੜਾ ਆਪਣੇ ਡਾਕਟਰੀ ਦਾ ਧੰਦਾ ਐਜ਼ ਅ ਮੈਡੀਕਲ ਡਾਕਟਰ ਇਹਨਾਂ ਦੇ ਪਤੀ ਡਾਕਟਰ ਗੁਰਪਾਲ ਸਿੰਘ ਜੀ ਸਾਹਮਣੇ ਬੈਠੇ ਨੇ ਔਰ ਇਹਨਾਂ ਦੀ ਲੜਕੀ ਉਹ ਵੀ ਡਾਕਟਰ ਹੈ ਸੋ ਇਸ ਲਈ ਆਪਣਾ ਉਹ ਦੇ ਵਿੱਚੋਂ ਸਮਾਂ ਕੱਢ ਕੇ ਇਸ ਪਾਸੇ ਨੂੰ ਇੱਕ ਕਿਸ ਤਰ੍ਹਾਂ ਤੁਰੇ ਇਹਦੇ ਵਿੱਚ ਕਿੰਨੀਆਂ ਮੁਸ਼ਕਲਾਂ ਆਈਆਂ ਕਿੰਨੀਆਂ ਅੜਚਣਾਂ ਆਈਆਂ ਕੀ ਕੀ ਇਹਨਾਂ ਨੂੰ ਸਹਿਣਾ ਪਿਆ ਉਹ ਛੋਟੀ ਜਿਹੀ ਜਰਨੀ ਸਾਨੂੰ ਇਹ ਦੱਸਣ ਤੇ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਡਾਕਟਰ ਹਰਸ਼ ਚੈਰੀਟੇਬਲ ਟਰਸਟ ਬਣਾਇਆ ਜਿਹਦੇ ਵਿੱਚ ਉਹ ਲੜਕੀਆਂ ਜਿਨ੍ਹਾਂ ਨੂੰ ਘਰਾਂ ਦੇ ਵਿੱਚੋਂ ਜਨਮ ਤੋਂ ਬਾਅਦ ਛੱਡ ਦਿੱਤਾ ਜਾਂਦਾ ਹੈ ਉਹ ਲੜਕੀਆਂ ਜਿਹੜੀਆਂ ਬਲਾਤਕਾਰ ਹੋਈਆਂ ਉਹਨਾਂ ਨੂੰ ਘਰ ਦੇ ਸੰਭਾਲਦੇ ਨਹੀਂ ਤੇ ਤਕਰੀਬਨ 500 ਲੜਕੀ ਜਿਹਦੀਆਂ ਇਹ ਫੀਸਾਂ ਆਪਣੀ ਡਾਕਟਰੀ ਦੀ ਫੀਸ ਦੇ ਵਿੱਚੋਂ ਤੇ ਕੁਝ ਸੱਜਣ ਜਿਹੜੇ ਬਾਹਰਲੇ ਕੈਨੇਡਾ ਅਮਰੀਕਾ ਤੋਂ ਇਥੋਂ ਉਹ ਕੁਝ ਪੈਸੇ ਭੇਜਦੇ ਨੇ ਤੇ ਉਹ 500 ਲੜਕੀ ਦੀ ਦੇਖਭਾਲ ਵੀ ਕਰਦੇ ਨੇ ਆਪਣੇ ਕੰਮਕਾਰ ਦੇ ਵਿੱਚ ਤੇ 40 ਕਿਤਾਬਾਂ ਵੀ ਲਿਖ ਚੁੱਕੇ ਨੇ ਪਰ ਮੇਰਾ ਬੜੇ ਬੜੀ ਇਹ ਦਿਲ ਕਰਦਾ ਹੁੰਦਾ ਵੀ ਇੰਨਾ ਸਮਾਂ 24 ਘੰਟੇ ਹੀ ਹੈ ਉਹਦੇ ਵਿੱਚੋਂ ਕਿੰਨਾ ਕੁ ਸਮਾਂ ਇਹ ਆਪਣੀ ਜ਼ਿੰਦਗੀ ਦਾ ਦਿੱਤਾ ਹੋਏ ਸੁਣੋ ਡਾਕਟਰ ਹਰਸ਼ਿੰਦਰ ਕੌਰ ਜੀ ਮੈਂ ਤੁਹਾਡੇ ਸਾਰਿਆਂ ਦੀ ਕਿਉਂਕਿ ਤੁਸੀਂ ਆਪਣਾ ਕੀਮਤੀ ਸਮਾਂ ਅੱਜ ਦੇ ਰਹੇ ਹੋ ਸਮਾਧਿਕ ਗੁਰਦੁਆਰਾ ਸਾਹਿਬ ਦੇ ਜਿੰਨੇ ਵੀ ਇੱਥੇ ਹਾਜ਼ਰ ਨੇ ਉਹਨਾਂ ਸਾਰਿਆਂ ਦਾ ਵੀ ਤਹਿ ਦਿਲੋਂ ਧੰਨਵਾਦ ਕਿ ਉਹਨਾਂ ਨੇ ਸਮਾਂ ਦਿੱਤਾ ਤੁਹਾਡੇ ਕੋਲ ਇੱਥੇ ਪਹੁੰਚਣ ਦਾ ਸਿੱਖ ਚੈਨਲ ਦਾ ਵੀ ਬਹੁਤ ਧੰਨਵਾਦ ਜਿਨ੍ਹਾਂ ਨੇ ਇੱਥੇ ਆ ਕੇ ਖਾਸ ਤੌਰ ਤੇ ਤੁਹਾਡੇ ਸਾਰਿਆਂ ਦੇ ਜੋ ਤੁਸੀਂ ਮੈਨੂੰ ਸਵਾਲ ਪੁੱਛਣੇ ਨੇ ਉਹਨਾਂ ਨੂੰ ਵੀ ਕਵਰ ਕਰਨ ਦਾ ਆਵਾਜ਼ ਨਹੀਂ ਆ ਰਹੀ ਪਿੱਛੇ ਉਹਨਾਂ ਨੂੰ ਵੀ ਜੋ ਕਵਰ ਕਰਨ ਦਾ ਇਹਨਾਂ ਨੇ ਇਸ ਵੇਲੇ ਲਿਆ ਕਾ ਜਿੰਮਾ ਲਿਆ ਉਹਦਾ ਵੀ ਬਹੁਤ ਧੰਨਵਾਦ ਮੈਨੂੰ ਕੁਝ ਬਹੁਤ ਡੂੰਘੀਆਂ ਗੱਲਾਂ ਕਰਨ ਲਈ ਤੁਹਾਡੇ ਵਿੱਚ ਇੱਥੇ ਸੱਦਿਆ ਗਿਆ ਪਰ ਉਹ ਡੂੰਘੀਆਂ ਗੱਲਾਂ ਕਰਨ ਤੋਂ ਪਹਿਲਾਂ ਮੈਂ ਚਾਹੁੰਦੀ ਹਾਂ ਥੋੜਾ ਜਿਹਾ ਤੁਹਾਨੂੰ ਕੁਝ ਕੌੜੇ ਸੱਚ ਜੋ ਮੈਂ ਆਪਣੀ ਜ਼ਿੰਦਗੀ ਦੇ ਦੱਸਣੇ ਨੇ ਤੇ ਕੁਝ ਹਾਦਸੇ ਕੁਝ ਮਜ਼ੇਦਾਰ ਵੀ ਜ਼ਿੰਦਗੀ ਵਿੱਚ ਹੋਇਆ ਕਰਦੇ ਨੇ ਕੁਝ ਸਾਂਝੇ ਕਰਦਿਆਂ ਕਿਉਂਕਿ ਮੈਂ ਇੱਕ ਬੱਚਿਆਂ ਦੀ ਡਾਕਟਰ ਹਾਂ ਇਨ ਟਰਨਸ਼ਿਪ ਕਰ ਰਹੀ ਸਾਂ ਜਦੋਂ ਸਾਡੇ ਕੋਲ ਹਸਪੀਟਲ ਦੇ ਵਿੱਚ ਪਿੰਡ ਦੇ ਵਿੱਚੋਂ ਕਿਉਂਕਿ ਮੈਨੂੰ ਦੱਸ ਪੁੱਛਿਆ ਗਿਆ ਕਿ ਚੈਲੰਜਸ ਬਾਰੇ ਦੱਸੋ ਜੋ ਤੁਹਾਡੇ ਜ਼ਿੰਦਗੀ ਵਿੱਚ ਪਹੁੰਚੇ ਨੇ ਤੇ ਕਿਸ ਤਰੀਕੇ ਇਹ ਸ਼ੁਰੂ ਕੀਤਾ ਸੋ ਜੋ ਚੈਲੰਜਸ ਹਨ ਉਹਨਾਂ ਵਿੱਚ ਦੱਸਣਾ ਚਾਹੁੰਨੀ ਹਾਂ ਕਿ ਇੱਕ ਵਾਰ ਅਸੀਂ ਡਿਊਟੀ ਤੇ ਸਾਂ ਮੈਂ ਇੰਟਰਨਸ਼ਿਪ ਕਰ ਰਹੀ ਸੀ ਤੇ ਗਾਇਨੇ ਗਾਇਨਕੋਲੋਜੀ ਸਾਡਾ ਲੱਗੀ ਹੋਈ ਸੀ ਡਿਊਟੀ ਉਦੋਂ ਤੇ ਉੱਥੇ ਇੱਕ ਔਰਤ ਬੜੀ ਜ਼ੋਰਦਾਰ ਰੋਂਦੀ ਪਿੱਟ ਦੀ ਆਵਾਜ਼ ਦੇ ਨਾਲ ਸਾਡੇ ਕੋਲ ਨਾਲ ਆਪਣੀ ਨੂੰ ਲੈ ਕੇ ਪਹੁੰਚੀ ਅਸੀਂ ਸੀ ਕਿ ਡਰ ਰਹੇ ਸਾਂ ਕਿ ਸ਼ਾਇਦ ਕੋਈ ਕਾਰ ਵਿੱਚ ਲੜਾਈ ਵਗੈਰਾ ਹੋਈ ਹੋਣੀ ਹੈ ਸੋ ਜਦੋਂ ਇੰਟਰਨ ਨਹੀਂ ਹੋਈਦਾ ਉਦੋਂ ਆਮ ਤੌਰ ਤੇ ਬਹੁਤ ਸਾਨੂੰ ਡਰੀ ਰਹਿੰਦਾ ਕੁਝ ਨਾ ਕੁਝ ਕੇਸ ਨਾ ਵਿਗੜ ਜਾਏ ਜਾਂ ਕੀ ਸੋ ਅਸੀਂ ਜਿੰਨੇ ਵੀ ਤਿੰਨ ਚਾਰ ਇੰਟਰਨਸ ਬੈਠੇ ਸਾਂ ਬੜੀ ਉਹਨੂੰ ਹੌਸਲਾ ਹਿੰਮਤ ਦਿੱਤੀ ਕੋਈ ਗੱਲ ਨਹੀਂ ਠੀਕ ਹੋ ਜਾਏਗਾ ਤੇ ਉਹ ਫਿਰ ਵੀ ਜ਼ੋਰ-ਜ਼ੋਰ ਦੀ ਬੋਲਦੀ ਰਹੀ ਚੀਕਦੀ ਰਹੀ ਪੁੱਛਿਆ ਕੀ ਹੋਇਆ ਤੇ ਕਹਿਣ ਲੱਗੀ ਮੈਂ ਪਿੰਡੋਂ ਜਦੋਂ ਤੁਰੀ ਸਾਂ ਅਸੀਂ ਬੱਸ ਦੀ ਉਡੀਕ ਕਰ ਰਹੇ ਸੀ ਤੇ ਉੱਥੇ ਬੱਸ ਤੇ ਜਦੋਂ ਚੜ੍ਹਨਾ ਸੀ ਵੱਡਾ ਸਾਰਾ ਦਰਖਤ ਸੀ ਬੋੜ ਦਾ ਉਹਦੇ ਥੱਲੇ ਖੜੇ ਸਾਂ ਤੇ ਉੱਪਰੋਂ ਕਾਂ ਨੇ ਵਿੱਠ ਕਰ ਦਿੱਤੀ ਹੈਰਾਨੀ ਜੀ ਹੋਈ ਵੀ ਫਿਰ ਕੀ ਹੋਇਆ ਕਹਿਣ ਲੱਗੇ ਜੀ ਉਹਨੇ ਵਿੱਠ ਕੀਤੀ ਹੈ ਨਾ ਇਸ ਕਰਕੇ ਜਿਹੜੀ ਮੇਰੀ ਨੂਹ ਦੇ ਪੇਟ ਵਿੱਚ ਪਲ ਰਿਹਾ ਬੱਚਾ ਹੈ ਉਹ ਹੁਣ ਕੁੜੀ ਹੋ ਗਈ ਹੈ ਹੁਣ ਅਸੀਂ ਉੱਥੇ ਖੜੇ ਪਈ ਕਿਹੜੀ ਡਾਕਟਰੀ ਦੇ ਨਾਲ ਇਹਨੂੰ ਸਮਝਾਈਏ ਕਿਸ ਤਰੀਕੇ ਸਮਝਾਈਏ ਕਿ 9 ਮਹੀਨੇ ਦਾ ਪਲਿਆ ਬੱਚਾ ਟਿੱਡ ਦੇ ਅੰਦਰ ਇੱਕ ਕਾਂ ਦੀ ਵਿੱਠ ਦੇ ਨਾਲ ਕਿਸ ਤਰੀਕੇ ਸਕਿੰਟਾਂ ਦੇ ਵਿੱਚ ਮੁੰਡਾ ਬਣ ਸਕਦਾ ਸੋ ਬੜਾ ਅਸੀਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਔਰਤ ਨਹੀਂ ਮੰਨੀ ਰੋਂਦੀ ਰਹੀ ਖੈਰ ਡਿਲੀਵਰੀ ਹੋਈ ਤੇ ਉਹਦਾ ਅੱਗੋਂ ਕੁਦਰਤ ਵਜੋਂ ਮੁੰਡਾ ਹਜਮ ਪਿਆ ਸਾਨੂੰ ਬੜੀ ਖੁਸ਼ੀ ਸੀ ਕਿ ਚਲੋ ਅਸੀਂ ਇੱਕ ਔਰਤ ਦਾ ਵਹਿਮ ਦੂਰ ਕਰ ਸਕਾਂਗੇ ਕਿ ਉਹਦੀ ਸੱਸ ਘਟੋ ਘਟ ਮੰਨ ਜਾਏਗੀ ਕਿ ਇੱਕ ਕਾਂ ਦੀ ਵਿੱਠ ਦੇ ਨਾਲ ਘਟੋ ਘਟ ਅੰਦਰ ਸੈਕਸ ਤਬਦੀਲ ਨਹੀਂ ਹੋ ਸਕਦਾ ਬੜੀ ਖੁਸ਼ੀ ਸੀ ਅਸੀਂ ਸਾਨੂੰ ਕਿ ਇੱਕ ਬੰਦੇ ਦਾ ਸੀ ਇਹ ਘਟੋ ਘਟ ਇੱਥੋਂ ਅਸੀਂ ਉਹਦੀ ਇਸ ਤਰ੍ਹਾਂ ਦੀ ਸੋਚ ਬਦਲ ਕੇ ਭੇਜਾਂਗੇ ਚਾਰ ਦਿਨ ਉਹ ਉੱਥੇ ਰਹੀ ਤੇ ਚੌਥੇ ਦਿਨ ਅਸੀਂ ਜਦੋਂ ਛੁੱਟੀ ਹੋਣ ਲੱਗੀ ਉਹਨੂੰ ਸੱਦਿਆ ਕਿ ਦੀਦੀ ਹੁਣ ਸਮਝਦੀਆਂ ਕਿ ਜਿਹੋ ਜੇ ਤੁਸੀਂ ਕਰਮ ਕਾਂਡਾਂ 'ਚ ਰੁਲੇ ਪਏ ਹੋ ਜਿਹੜੇ ਤੁਸੀਂ ਗਲਤ ਚੀਜ਼ਾਂ ਦਿਮਾਗ ਵਿੱਚ ਫਸਾਈਆਂ ਹੋਈਆਂ ਇਹਨਾਂ ਨੂੰ ਕੱਢੋ ਇਹ ਵਹਿਮ ਛੱਡਣੇ ਚਾਹੀਦੇ ਨੇ ਹੁਣ ਛੱਡੇਂਗੀ ਉਹ ਤਿਆਰ ਸੀ ਹਾਂਜੀ ਬਿਲਕੁਲ ਛੱਡਾਂਗੀ ਫਿਰ ਕੀ ਸਮਝਾਏਂਗੀ ਜਾ ਕੇ ਪਿੰਡ ਵਾਲਿਆਂ ਨੂੰ ਕਹਿੰਦੀ ਜੀ ਮੈਂ ਸਮਝਾਵਾਂਗੀ ਇਹ ਕਿ ਜਦੋਂ ਵੀ ਕਿਸੇ ਨੇ ਹੁਣ ਅੱਜ ਤੋਂ ਬਾਅਦ ਡਿਲੀਵਰੀ ਲਈ ਜਾਣਾ ਬੋਰਡ ਦੇ ਦਰਖਤ ਹਿੱਟ ਉਦੋਂ ਤੱਕ ਖੜੇ ਰਹੇ ਹੋ ਜਦੋਂ ਤੱਕ ਕਾਂ ਵਿਠ ਨਹੀਂ ਕਰਦਾ ਫੇਰ ਹੀ ਮੁੰਡਾ ਪੈਦਾ ਹੋ ਸਕਦਾ ਯਾਨੀ ਕਹਿੰਦਾ ਪਾਵੇ ਹੈ ਕਿ ਵਹਿਮ ਪਰਮ ਜਿਸ ਤਰੀਕੇ ਦੇ ਅਸੀਂ ਉਥੇ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੁਸੀਂ ਸਮਝ ਸਕਦੇ ਹੋ ਕਿ ਇੱਕ ਹਟਦਾ ਤੇ ਦੂਸਰਾ ਸ਼ੁਰੂ ਹੋ ਜਾਂਦਾ ਸੋ ਇਹ ਸਾਡੀ ਜ਼ਿੰਦਗੀ ਜੇ ਜਿੱਥੇ ਅਸੀਂ ਅ ਕੋਸ਼ਿਸ਼ ਕਰ ਰਹੇ ਸਾਂ ਇਹ ਸਮਝਾਉਣ ਵਿੱਚ ਕਿ ਕੀ ਐਕਸ ਤੇ ਕੀ ਵਾਈ ਹੁੰਦਾ ਤੁਸੀਂ ਸਮਝ ਸਕਦੇ ਹੋ ਕਿੰਨਾ ਕੁ ਔਖਾ ਜ ਤੇ ਉਹਨਾਂ ਨਾਲ ਕਿਸ ਤਰ੍ਹਾਂ ਸਿਰਖਪਾਈ ਕਰਨੀ ਪੈਂਦੀ ਸੀ ਜਦੋਂ ਇਹ ਦੱਸਣਾ ਹੋਏ ਏਡੀ ਵੱਡੀ ਚੀਜ਼ ਕਿ ਮੈਂ ਜੈਨੇਟਿਕ ਕੀ ਚੇਂਜ ਹੋਣੀ ਹੈ ਜਾਂ ਕਰੋਮੋਸੋਮ ਕੀ ਹੁੰਦੇ ਨੇ ਉਸ ਅਨਪੜ ਬੀਬੀ ਨੂੰ ਕਿਸ ਤਰੀਕੇ ਸਿਖਾਉਣਾ ਸੀ ਇਹ ਕਿੰਨਾ ਕੁ ਔਖਾ ਹੋਏਗਾ ਮੇਰਾ ਇਹ ਦਾ ਦੱਸਣ ਦਾ ਮਤਲਬ ਸਿਰਫ ਇਹ ਸੀ ਮੇਰਾ ਸਫ਼ਰ ਵਾਕਈ ਬੜਾ ਥੋੜਾ ਕੌੜਾ ਅਨੁਭਾਵੇ ਜਦੋਂ ਸ਼ੁਰੂ ਕੀਤਾ ਜਾਂ ਕਹਿ ਲਓ ਕਿ ਕੁਦਰਤ ਜਾਂ ਰੱਬ ਨੂੰ ਜੋ ਮਨਜ਼ੂਰ ਹੁੰਦਾ ਹੈ ਰਾਹ ਜਦੋਂ ਕੋਈ ਲੱਭਦਾ ਜੇ ਤਾਂ ਇਸੇ ਤਰੀਕੇ ਹੀ ਕੋਈ ਨਾ ਕੋਈ ਘਟਨਾ ਹੋ ਜਾਂਦੀ ਜੇ ਜਦੋਂ ਕਿਸੇ ਨੂੰ ਕੋਈ ਮਕਸਦ ਮਿਲ ਜਾਂਦਾ ਹੈ ਜ਼ਿੰਦਗੀ ਦਾ ਸੋ ਉਹ ਮਕਸਦ ਜੋ ਮੈਨੂੰ ਮਿਲਿਆ ਸੀ ਉਹ ਇੰਜ ਸੀ ਕਿ ਅਸੀਂ ਮੈਂ ਤੇ ਮੇਰੇ ਪਤੀ ਅਸੀਂ ਪਿੰਡਾਂ ਵਿੱਚ ਫ੍ਰੀ ਮੈਡੀਕਲ ਕੈਂਪਸ ਲੱਗਦੇ ਸਨ ਉਹ ਕੈਂਪ ਲਗਾਉਂਦੇ ਹੁੰਦੇ ਸਾਂ ਤੇ ਦਵਾਈਆਂ ਵੰਡਦੇ ਹੁੰਦੇ ਸੀ ਮੇਰੀ ਆਵਾਜ਼ ਪਹੁੰਚ ਰਹੀ ਹੈ ਨਾ ਤੇ ਇਸੇ ਤਰ੍ਹਾਂ ਇੱਕ ਪਿੰਡ ਵਿੱਚ ਜਦੋਂ ਅਸੀਂ ਜਾਣ ਲੱਗੇ ਤੇ ਉੱਥੇ ਅੰਦਰ ਵੜਨ ਤੋਂ ਪਹਿਲਾਂ ਹੱਡਾ ਰੋੜੀ ਹੁੰਦੀ ਜੇ ਜਿੱਥੇ ਮਰੇ ਹੋਏ ਜਾਨਵਰ ਸੁੱਟ ਦਿੱਤੇ ਜਾਂਦੇ ਨੇ ਸੋ ਉਸ ਹੱਡਾ ਰੋੜੀ ਦੇ ਵਿੱਚੋਂ ਜਦੋਂ ਲੰਘਣ ਲੱਗੇ ਸਾਨੂੰ ਬੜੀਆਂ ਜ਼ੋਰਦਾਰ ਚੀਕਾਂ ਦੀ ਆਵਾਜ਼ ਸੁਣਾਈ ਦਿੱਤੀ ਧਿਆਨ ਨਾਲ ਦੇਖਿਆ ਤਾਂ ਕੁਝ ਕੁੱਤੇ ਕੁਝ ਪਾੜ ਰਹੇ ਸਨ ਜਿਹੜਾ ਸਾਨੂੰ ਉਦੋਂ ਸਮਝ ਨਹੀਂ ਆਈ ਕਿ ਕਿਸ ਚੀਜ਼ ਨੂੰ ਪਾੜ ਰਹੇ ਨੇ ਤੇ ਉਹ ਜਦੋਂ ਅਸੀਂ ਬਚਾਉਣ ਦੀ ਕੋਸ਼ਿਸ਼ ਕਰਦਿਆਂ ਨੇੜੇ ਹੋਏ ਕਿ ਸ਼ਾਇਦ ਕਿਸੇ ਜਾਨਵਰ ਦਾ ਬੱਚਾ ਏ ਜੋ ਕੁੱਤੇ ਪਾੜ ਰਹੇ ਨੇ ਜਦੋਂ ਨੇੜੇ ਹੋਏ ਤਾਂ ਦੇਖਿਆ ਸਾਡੇ ਅੱਗੋਂ ਹੀ ਦੌੜ ਕੇ ਲੰਘਿਆ ਇੱਕ ਕੁੱਤਾ ਸੀ ਜਿਹਦੇ ਮੂੰਹ ਵਿੱਚ ਨਿੱਕਾ ਜਿਹਾ ਪੈਰ ਸੀ ਦੂਜਾ ਜਦੋਂ ਦੌੜਦਾ ਲੰਘਿਆ ਉਹਦੇ ਨਿੱਕਾ ਜਿਹਾ ਬਾਹ ਤੇ ਹੱਥ ਉਹਦੇ ਮੂੰਹ ਵਿੱਚ ਦਿਸਿਆ ਤੇ ਜਿਉਂ ਹੀ ਅਸੀਂ ਨੇੜੇ ਹੋਏ ਜਿਸ ਤਰੀਕੇ ਉਹ ਕੁੱਤੇ ਖਿਲਰੇ ਹੋਏ ਭੱਜੇ ਲਹੂ ਦੇ ਫੁਆਰੇ ਸਨ ਉੱਥੇ ਨਿਕਲੇ ਸਾਰਾ ਆਲ ਬਲੱਡ ਸਪੈਟਰਡ ਅਰਾਊਂਡ ਤੇ ਉੱਥੇ ਉਹਦੀਆਂ ਇੰਟਸਟਾਈਨਸ ਬਾਹਰ ਸਨ ਸਿਰਫ ਫਟਿਆ ਹੋਇਆ ਇਸ ਹਾਲਤ ਵਿੱਚ ਉਹ ਬੱਚੀ ਦੇਖਣੀ ਪਈ ਕਿ ਮੇਰੇ ਕੋਲੋਂ ਇਹ ਸਭ ਕੁਝ ਸਾਹਮਣੇ ਜਿਉਂਦਾ ਜੋ ਵਾਪਰਿਆ ਇਸ ਤਰ੍ਹਾਂ ਮੇਰੇ ਕੋਲੋਂ ਬਰਦਾਸ਼ਤ ਨਹੀਂ ਹੋਇਆ ਦੇਖ ਕੇ ਦਿਲ ਹਿਲ ਗਿਆ ਕੁਝ ਆਵਾਜ਼ ਇਹਨਾਂ ਨਿਕਲੇ ਤੇ ਜਾਣਾ ਸੀ ਅੱਗੇ ਅਸੀਂ ਜਦੋਂ ਮੇਰੇ ਪਤੀ ਉਹ ਹੀ ਫੜ ਕੇ ਲੈ ਕੇ ਗਏ ਤੁਰਨ ਵਾਲੀ ਹਾਲਤ ਵੀ ਨਹੀਂ ਸੀ ਬੜੀ ਘਬਰਾਟ ਜੀ ਮਹਿਸੂਸ ਹੋਈ ਮੈਂ ਇਸ ਤਰ੍ਹਾਂ ਦੀ ਚੀਜ਼ ਕਦੇ ਵੇਖੀ ਨਹੀਂ ਸੀ ਮੈਨੂੰ ਇਹ ਸਮਝ ਨਹੀਂ ਸੀ ਆ ਰਹੀ ਕਿ ਜਾ ਕੇ ਪਿੰਡ ਵਾਲਿਆਂ ਨੂੰ ਕਿਸ ਤਰੀਕੇ ਦੱਸਾਂਗੇ ਕਿ ਇਹ ਚੀਜ਼ ਘਟਨਾ ਇਸ ਤਰ੍ਹਾਂ ਵਾਪਰੀਏ ਤੇ ਖਰੇ ਕਿਸ ਦਾ ਬੱਚਾ ਹੋਣਾ ਜਿਹੜਾ ਇੰਨਾ ਭੈੜੇ ਤਰੀਕੇ ਉਸ ਨੂੰ ਮੌਤ ਮਿਲੀ ਜਦੋਂ ਪਿੰਡ ਵਿੱਚ ਗਏ ਮੇਰੇ ਕੋਲੋਂ ਤਾਂ ਬੋਲਿਆ ਨਹੀਂ ਗਿਆ ਪਰ ਮੇਰੇ ਪਤੀ ਨੇ ਪੁੱਛਿਆ ਜਦੋਂ ਕਿ ਕਿਸ ਨੇ ਇਹ ਦੇਖਿਆ ਜਾਂ ਕਿਸ ਦੇ ਨਾਲ ਇਹ ਵਾਪਰੀਏ ਕਿਸ ਘਰ ਦਾ ਬੱਚਾ ਸੀ ਤਾਂ ਸਾਨੂੰ ਅੱਗੋਂ ਇੰਨਾ ਕੈਜੂਅਲਿਟੀਟਿਊਡ ਦਿਖਿਆ ਕਿ ਕੋਈ ਗੱਲ ਨਹੀਂ ਤੁਸੀਂ ਛੱਡੋ ਤੁਸੀਂ ਆਪਣਾ ਕੈਂਪ ਲਗਾਓ ਇਹਨੂੰ ਛੱਡ ਦਿਓ ਬੜੀ ਅਜੀਬ ਜਿਹਾ ਮਾਹੌਲ ਸੀ ਇਸ ਤਰ੍ਹਾਂ ਦੀ ਚੀਜ਼ ਸੁਣੀ ਨਹੀਂ ਸੀ ਮੈਂ ਕਿਉਂਕਿ ਮੇਰੇ ਨਾਨਾ ਜੀ ਪ੍ਰੋਫੈਸਰ ਸਾਹਿਬ ਸਿੰਘ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕਰਨ ਵੀ ਕੀਤਾ ਜੀਵਨੀਆਂ ਵੀ ਲਿਖੀਆਂ ਮੈਨੂੰ ਮੇਰੀ ਦਾਦੀ ਵੀ ਮੇਰੇ ਨਾਨਾ ਜੀ ਵੀ ਕਹਾਣੀਆਂ ਜੋ ਅਸੀਂ ਸੁਣੀਆਂ ਸੀ ਸਿੱਖ ਇਤਿਹਾਸ ਵਿੱਚ ਮੈਨੂੰ ਸਾਰੀਆਂ ਉਸ ਵੇਲੇ ਝੂਠੀਆਂ ਜੀਆਂ ਲੱਗੀਆਂ ਕਿ ਮੈਂ ਜੋ ਸੁਣਿਆ ਸੀ ਤੇ ਜੋ ਦੇਖਿਆ ਇਹਦੇ ਵਿੱਚ ਅੰਤਰ ਬਹੁਤ ਹੈ ਜਿਸ ਤਰੀਕੇ ਦਾ ਉਹਨਾਂ ਦਾ ਬਿਹੇਵੀਅਰ ਸੀ ਮੈਨੂੰ ਉਹਨੇ ਹੋਰ ਵੀ ਝੰਜੋੜ ਦਿੱਤਾ ਕਿ ਕੋਈ ਮੌਤ ਹੋਈ ਜੇ ਉਹ ਵੀ ਭਿਆਨਕ ਮੌਤ ਤੇ ਉਹ ਵੀ ਇਨਸਾਨੀ ਬੱਚਾ ਕੁੱਤਿਆਂ ਨੇ ਪਾੜਿਆ ਹੋਏ ਕੋਈ ਪਿੰਡ ਵਾਲੇ ਇਸ ਤਰ੍ਹਾਂ ਕਿਵੇਂ ਕਹਿ ਸਕਦੇ ਨੇ ਕੋਈ ਗੱਲ ਨਹੀਂ ਜਦੋਂ ਜ਼ੋਰ ਪਾ ਕੇ ਪੁੱਛਿਆ ਕਿ ਕੀ ਹੋਇਆ ਜੇ ਕਿਉਂ ਇਸ ਤਰ੍ਹਾਂ ਕੀਤਾ ਗਿਆ ਤਾਂ ਦੱਸਿਆ ਗਿਆ ਕਿ ਇਹ ਆਪਣੇ ਘਰ ਵਿੱਚ ਚੌਥੀ ਕੁੜੀ ਸੀ ਪਹਿਲਾਂ ਤਿੰਨ ਕੁੜੀਆਂ ਸਨ ਤੇ ਪਿਤਾ ਨੇ ਕਿਹਾ ਸੀ ਉਹਦੇ ਨੇ ਕਿ ਜੇ ਅੱਗੋਂ ਕੁੜੀ ਹੋ ਗਈ ਤਾਂ ਪਹਿਲੀਆਂ ਤਿੰਨੋਂ ਕੁੜੀਆਂ ਤੇ ਮਾਂ ਨੂੰ ਘਰੋਂ ਬਾਹਰ ਕੱਢ ਦੇਣਗੇ ਸੋ ਉਹ ਪਿਛਲੀਆਂ ਆਪਣੀਆਂ ਤਿੰਨੋਂ ਕੁੜੀਆਂ ਨੂੰ ਤੇ ਆਪਣੇ ਆਪ ਨੂੰ ਬਚਾਉਣ ਦੇ ਲਈ ਉਹ ਮਾਂ ਹੀ ਆਪਣੀ ਨਵ ਜੰਮੀ ਬੱਚੀ ਉੱਥੇ ਸੁੱਟਾਈ ਸੀ ਇਹ ਮੇਰੇ ਕੋਲੋਂ ਸੁਣ ਕੇ ਇਸ ਕਰਕੇ ਬਰਦਾਸ਼ਤ ਨਹੀਂ ਹੋਇਆ ਕਿਉਂਕਿ ਮੈਂ ਆਪਣੇ ਘਰ ਵਿੱਚ ਚੌਥੀ ਕੁੜੀ ਤੇ ਪੰਜਵਾਂ ਬੱਚਾ ਸੀ ਸੱਚ ਜਾਣਿਓ ਤੁਹਾਨੂੰ ਸ਼ਾਇਦ ਯਕੀਨ ਨਾ ਹੋਵੇ ਪਰ ਜਿਸਨੇ ਇਹੋ ਜਿਹਾ ਸਾਹਮਣੇ ਵਾਪਰਿਆ ਹੋਵੇ ਨਾ ਉਹਨੂੰ ਸਮਝ ਆ ਜਾਂਦਾ ਕਿ ਕਿਸ ਹਾਲਤ ਵਿੱਚ ਉਹ ਖੜਾ ਹੋਏਗਾ ਤੇ ਕਿਸ ਹਾਲਤ ਵਿੱਚ ਮੈਂ ਖੜੀ ਸਾਂ ਮੈਨੂੰ ਮਹਿਸੂਸ ਇਹੀ ਹੋਇਆ ਇਹ ਕੁੱਤੇ ਉਸ ਨੂੰ ਨਹੀਂ ਪਾੜ ਕੇ ਹਟੇ ਮੈਨੂੰ ਪਾੜ ਕੇ ਹਟੇ ਨੇ ਤੇ ਮੈਨੂੰ ਉਦੋਂ ਮਹਿਸੂਸ ਹੀ ਇਹ ਹੋ ਰਿਹਾ ਸੀ ਕਿ ਜੇ ਮੈਨੂੰ ਇਸ ਤਰ੍ਹਾਂ ਲੀਰੋ ਲੀਰ ਹੁੰਦਾ ਆਪਣਾ ਜਿਸਮ ਨਹੀਂ ਬੰਜ਼ੂਰ ਤੇ ਉਹ ਵੀ ਇੰਨੀ ਭਿਆਨਕ ਮੌਤ ਲਈ ਤਾਂ ਮਤਲਬ ਇਹ ਮੈਨੂੰ ਘਟੋ ਘਟ ਉਹ ਸਮਾਜ ਜੋ ਮੇਰੀ ਮਾਂ ਹੰਡਾ ਸਕੀ ਸੀ ਮੈਨੂੰ ਉਹਦੇ ਲਈ ਜ਼ਰੂਰ ਕੁਝ ਨਾ ਕੁਝ ਕਦਮ ਪੁੱਟਨੇ ਚਾਹੀਦੇ ਨੇ ਮੈਨੂੰ ਉਦੋਂ ਤੱਕ ਸੱਚ ਜਾਣਿਓ ਪਤਾ ਹੀ ਨਹੀਂ ਸੀ ਕਿ ਕੀ ਫੀਟੀਸਾਈਡ ਜਾਂ ਇਨਫੈਂਟੀਸਾਈਡ ਹੁੰਦਾ ਵੀ ਜੇ ਜਾਂ ਇਹਦਾ ਮਤਲਬ ਕੀ ਹੈ ਜਾਂ ਕਦੇ ਹੋਇਆ ਵੀ ਕਰਦਾ ਸੀ ਮੈਨੂੰ ਇਸ ਬਾਰੇ ਉੱਕਾ ਸਮਝ ਨਹੀਂ ਸੀ ਮੇਰੇ ਲਈ ਕਿਉਂਕਿ ਪਹਿਲਾ ਵਾਕਿਆ ਸੀ ਮੈਂ ਉੱਥੇ ਜਿਸ ਵੀ ਤਰੀਕੇ ਜਿਸ ਵੀ ਹਾਲਤ ਵਿੱਚ ਐਕਸ ਤੇ ਵਾਈ ਸਮਝਾ ਸਕੀ ਬਸ ਇੰਨਾ ਹੀ ਦੱਸ ਸਕੀ ਕਿ ਤੁਸੀਂ ਜਿਸ ਦੀ ਸਜ਼ਾ ਦਿੱਤੀ ਜੇ ਨਾ ਉਹ ਕਸੂਰਵਾਰ ਔਰਤ ਨਹੀਂ ਜੇ ਮਰਦ ਦੇ ਸਰੀਰ ਅੰਦਰ ਹੁੰਦਾ ਇੱਕ ਵਾਈ ਤੇ ਇੱਕ ਐਕਸ ਕ੍ਰੋਮੋਸੋਮ ਔਰਤ ਦੇ ਸਰੀਰ ਵਿੱਚ ਹੁੰਦੇ ਹੀ ਦੋ ਐਕਸ ਕ੍ਰੋਮੋਸੋਮ ਨੇ ਤਾਂ ਜ਼ਾਹਰ ਹੈ ਕਿ ਜੇ ਮੁੰਡਾ ਪੈਦਾ ਹੋਣਾ ਸੀ ਤਾਂ ਉਹ ਜ਼ਿੰਮੇਵਾਰੀ ਸੀ ਕਸੂਰ ਨਹੀਂ ਮੈਂ ਕਹਿ ਰਹੀ ਉਹ ਜ਼ਿੰਮੇਵਾਰੀ ਮਰਦ ਦੀ ਸੀ ਪਰ ਔਰਤ ਨੂੰ ਕਿਉਂ ਇਸ ਦਾ ਕਸੂਰਵਾਰ ਠਹਿਰਾਇਆ ਗਿਆ ਮੈਂ ਮੰਨਦੀ ਹਾਂ ਕਿ ਸ਼ਾਇਦ ਉਹਦਾ ਇੱਕ ਫੀਸ ਦੀ ਵੀ ਅਸਰ ਨਹੀਂ ਹੋਇਆ ਹੋਣਾ ਉਸ ਵੇਲੇ ਦੇ ਲੈਕਚਰ ਦਾ ਕਿਉਂਕਿ ਮੈਂ ਆਪ ਨਾਰਮਲ ਹਾਲਤ ਵਿੱਚ ਨਹੀਂ ਸੀ ਤੇ ਨਾਲੇ ਮੈਂ ਪੜਾ ਰਹੀ ਸਾਂ ਬਹੁ ਗਿਣਤੀ ਉਹਨਾਂ ਅਨਪੜਾ ਨੂੰ ਜਿਨ੍ਹਾਂ ਨੂੰ XY ਦੀ ਸਮਝ ਵੀ ਨਹੀਂ ਸੀ ਪਰ ਜਿਵੇਂ ਮੈਂ ਹੁਣ ਵੀ ਦੱਸ ਕੇ ਹਟੀਆਂ ਜ਼ਿੰਦਗੀ ਦਾ ਕੋਈ ਮਕਸਦ ਕਿਸੇ ਮੌਕੇ ਕਦੇ ਨਾ ਕਦੇ ਮਿਲ ਜਾਂਦਾ ਸੋ ਸੋਚਿਆ ਕਿ ਇਹੀ ਰਸਤਾ ਅਪਣਾਉਂਦੇ ਆ ਲੋਕਾਂ ਨੂੰ ਇਹੀ ਦੱਸ ਦਈਏ ਕਿ ਕੀ XY ਇਹ ਸ਼ਾਇਦ ਨਾ ਕਰਨ ਪਰ ਜਦੋਂ ਮੈਂ ਘਰ ਪਹੁੰਚੀ ਪੁੱਛਿਆ ਆਪਣੇ ਮਾਪਿਆਂ ਨੂੰ ਕਿ ਮੈਂ ਇਸ ਤਰ੍ਹਾਂ ਦੀ ਚੀਜ਼ ਵੇਖ ਕੇ ਆਈਆਂ ਤੇ ਮੈਨੂੰ ਉਦੋਂ ਪਤਾ ਲੱਗਿਆ ਉਦੋਂ ਤੱਕ ਮੇਰੇ ਯਾਨੀ ਵਿਆਹ ਹੋਣ ਦੇ ਬਾਅਦ ਤੱਕ ਮੈਨੂੰ ਇਸ ਚੀਜ਼ ਦਾ ਪਤਾ ਨਹੀਂ ਸੀ ਉਦੋਂ ਦੱਸਿਆ ਗਿਆ ਕਿ ਭਾਈ ਤੇਰੇ ਜਨਮ ਤੇ ਵੀ ਕੋਈ ਵਧਾਈ ਨਹੀਂ ਸੀ ਮਿਲੀ ਸਾਰੇ ਰਿਸ਼ਤੇਦਾਰਾਂ ਵੱਲੋਂ ਵੀ ਤੇ ਜਿੰਨੇ ਉਸ ਇਲਾਕੇ ਚ ਸਾਰੇ ਆਂਡ ਗਵਾਂਡ ਵੱਲੋਂ ਸਿਰਫ ਅਫਸੋਸ ਹੀ ਕਰਨ ਲੋਕ ਆਏ ਸਨ ਤਿੰਨ ਮੇਰਾ ਨਾਮ ਕਰਨ ਸਿਰਫ ਇਸ ਕਰਕੇ ਹੋਇਆ ਕਿਉਂਕਿ ਮੇਰੇ ਪਿਤਾ ਨੇ ਕਿਹਾ ਕੀ ਅਫਸੋਸ ਕਿਸੇ ਹੋਰ ਕਰ ਜਾ ਕੇ ਕਰਿਓ ਸਾਡੇ ਘਰ ਖੁਸ਼ੀ ਦਾ ਦੇਵਤਾ ਆਇਆ ਹਰਸ਼ਿੰਦਰ ਮੇਰਾ ਨਾਮ ਉਦੋਂ ਨਾ ਰੱਖਿਆ ਸੀ ਇਸ ਸਫ਼ਰ ਮੈਨੂੰ ਲੱਗਿਆ ਕਿ ਸ਼ਾਇਦ ਸੌਖਾ ਹੀ ਹੋਣਾ ਮੈਂ ਡਾਕਟਰ ਹਾਂ ਕਿਉਂਕਿ ਨਵਾਂ ਰਸਤਾ ਹੁੰਦਾ ਤੇ ਨਾਲ ਮੇਰੇ ਪਤੀ ਵੀ ਜੁੜੇ ਨੇ ਤੇ ਅਸੀਂ ਕੰਮ ਕੀ ਕਰਨਾ ਸਿਰਫ ਦੱਸੀ ਜਾਣਾ ਪਿੰਡ ਤੋਂ ਪਿੰਡ ਕਿ ਆ ਹੁੰਦਾ ਐਕਸਾ ਹੁੰਦਾ ਵਾਈ ਤੁਸੀਂ ਛੱਡ ਦਿਓ ਇਹ ਕੰਮ ਜਦੋਂ ਸ਼ੁਰੂ ਕੀਤਾ ਤੁਸੀਂ ਹੈਰਾਨ ਹੋਵੋਗੇ ਮੈਂ ਗੱਲ ਕਰ ਰਹੀ ਹਾਂ ਹੁਣ 26 ਸਾਲ ਪੁਰਾਣੀ ਕਿਉਂਕਿ ਇਸ ਦਸੰਬਰ ਵਿੱਚ 26 ਸਾਲ ਹੋ ਜਾਣੇ ਨੇ ਇਸ ਘਟਨਾ ਨੂੰ ਮੈਂ ਪਹਿਲੇ ਪਿੰਡ ਵਿੱਚ ਜਦੋਂ ਅਸੀਂ ਗਏ ਹੈਰਾਨ ਹੋਵੋਗੇ ਕਿ ਮੈਨੂੰ ਫਖਰ ਨਾਲ ਉਹਨਾਂ ਦਿਖਾਇਆ ਕਿ ਆਓ ਦਿਖਾਈਏ ਆ ਸਾਡੇ ਦਰਵਾਜ਼ੇ ਦੇ ਨਾਲ ਜਿਹੜਾ ਖੂਹ ਦਿਸਦਾ ਜਿਹਨਾਂ ਪੁੱਟਿਆ ਹੋਇਆ ਇੱਥੇ ਅਸੀਂ ਕਈ ਪੁਸ਼ਤਾਂ ਤੋਂ ਪਹਿਲੀ ਕੁੜੀ ਸੁੱਟ ਕੇ ਉੱਤੇ ਪੂਸਾ ਪਾ ਦਿੰਨੇ ਆ ਸਾਡਾ ਤਾਂ ਇਹੋ ਤਰੀਕਾ ਜੇ ਅਸੀਂ ਮਾਰਦੇ ਅੰਜ ਜੇ ਤੁਸੀਂ ਨੈਟ ਤੇ ਵੀ ਦੇਖੋਗੇ ਇੰਨੇ ਸਾਲ ਪੁਰਾਣਾ ਇੰਟਰਨੈਟ ਵੀ ਲੱਭੋ ਤਾਂ ਤੁਹਾਨੂੰ ਲੱਭਣਾ ਨਹੀਂ 26 ਸਾਲ ਪਹਿਲਾਂ ਕੋਈ ਇਸ ਵਿਸ਼ੇ ਤੇ ਕੰਮ ਕਰ ਰਿਹਾ ਸੀ ਕੋਈ ਮੀਡੀਆ ਦਾ ਬੰਦਾ ਨਾਲ ਨਹੀਂ ਸੀ ਕਿਤੇ ਇਹ ਗੱਲ ਅੱਗੇ ਤੁਰ ਨਹੀਂ ਸੀ ਸਕਦੀ ਫੋਨ ਵੀ ਉਦੋਂ ਇਸ ਤਰ੍ਹਾਂ ਦੇ ਸੀ ਕਿ ਉਂਗਲਾਂ ਰਹਿ ਜਾਂਦੀਆਂ ਸੀ ਕੁਮਾ ਕੁਮਾ ਕੇ ਕਿ ਕੋਈ ਮਿਲ ਜਾਏ ਪਰ ਕੋਈ ਇਸ ਤਰ੍ਹਾਂ ਦਾ ਜ਼ਰੀਆ ਰਸਤਾ ਨਹੀਂ ਸੀ ਜਿਹਦੇ ਨਾਲ ਅਸੀਂ ਇਹ ਜਾਣਕਾਰੀ ਛੇਤੀ ਪਹੁੰਚਾ ਸਕੀਏ ਪਰ ਕਿਉਂਕਿ ਜ਼ਿੰਮੇਵਾਰੀ ਲਈ ਸੀ ਬਹੁਤੀ ਵਾਰ ਸੱਚ ਜਾਣਿਓ ਮੈਂ ਸੱਚੀ-ਮੁੱਚੀ ਇੱਕ ਹਰਫ ਇਸ ਗਲਤ ਨਹੀਂ ਜੋ ਮੈਂ ਦੱਸਣ ਲੱਗਿਆਂ ਕਿ ਇੱਕ ਡਾਕਟਰ ਹੁੰਦੇ ਹੋਏ ਇੱਕ ਪੋਸਟ ਗ੍ਰੈਜੂਏਟ ਹੁੰਦੇ ਹੋਏ ਕਲਾਸ 1 ਅਫੀਸਰ ਹੁੰਦੇ ਹੋਏ ਅਸੀਂ ਜਦੋਂ ਪਿੰਡਾਂ 'ਚ ਜਾਣਾ ਤੇ ਲੋਕਾਂ ਨੇ ਦਰਵਾਜ਼ੇ ਸਾਡੇ ਮੂੰਹ ਤੇ ਮਾਰ ਦੇਣੇ ਬੰਦ ਕਰ ਦੇਣੇ ਕਿ ਅਸੀਂ ਆਪਣੀਆਂ ਧੀਆਂ ਮਾਰ ਰਹੇ ਆ ਤੁਹਾਨੂੰ ਤਕਲੀਫ ਕੀ ਹੈ ਇਸ ਕਦਰ ਸਾਡੇ ਨਾਲ ਇੱਕ ਤਰ੍ਹਾਂ ਕਹਿ ਲਓ ਕਿ ਜ਼ਲਾਲਤ ਦੀ ਗੱਲ ਹੁੰਦੀ ਸੀ ਕਿ ਅਸੀਂ ਗਰਮੀਆਂ ਵਿੱਚ ਪਰ ਦੁਪਹਿਰੇ ਨਿਕਲਣਾ ਤੇ ਲੋਕਾਂ ਨੂੰ ਸਮਝਾਉਣ ਤੁਰਿ ਫਿਰੀ ਜਾਣਾ ਡਿਊਟੀ ਤੋਂ ਬਾਅਦ ਕਦੇ ਕਿਸੇ ਪਿੰਡ ਕਦੇ ਕਿਸੇ ਪਿੰਡ ਪਰ ਸਾਨੂੰ ਕੋਈ ਪੋਜ਼ਿਟਿਵ ਕਿਸੇ ਪਾਸਿਓਂ ਕੁਝ ਲੱਭਿਆ ਨਹੀਂ ਸੀ ਹਾਲਾਤ ਇਹ ਸਨ ਕਿ ਇੱਕ ਵਾਰ ਸਾਡੇ ਕਿਉਂਕਿ ਬੱਚੇ ਛੋਟੇ ਸਨ ਉਹ ਬਿਲਕੁਲ ਤਾਂ ਜਦੋਂ 4-5 ਸਾਲ ਹੋ ਚੁੱਕੇ ਸਨ ਸਾਨੂੰ ਇਹ ਕਰਦੇ ਆ ਮੈਨੂੰ ਅੱਜ ਵੀ ਚੇਤੇ ਆ ਕਿ ਅਸੀਂ ਦੁਪਹਿਰੇ ਜਦੋਂ ਵਾਪਸ ਇੱਕ ਪਿੰਡ ਵਿੱਚੋਂ ਲੇਟ ਹੋ ਕੇ ਆਂਦੇ ਆ ਪੌੜੀਆਂ ਵਿੱਚ ਸਾਡੇ ਬੱਚੇ ਬੈਠੇ ਸਨ ਨਿੱਕਾ ਬੇਟਾ ਵੀ ਤੇ ਨਾਲ ਬੇਟੀ ਤੇ ਮੈਨੂੰ ਉਹਨਾਂ ਨੇ ਜੋ ਉਦੋਂ ਕਿਹਾ ਮੈਂ ਵਾਕਈ ਹਿੱਲ ਗਈ ਸਾਂ ਭੁੱਖੇ ਤੇ ਆਏ ਉਹ 11 ਵਜੇ ਦੀ ਛੁੱਟੀ ਤੇ 3 ਵਜੇ ਤੱਕ ਉਹ ਬਾਹਰ ਗਰਮੀ 'ਚ ਪੌੜੀਆਂ ਤੇ ਬੈਠੇ ਰਹੇ ਤੇ ਮੈਨੂੰ ਬੇਟਾ ਪੁੱਛਦਾ ਮੰਮੀ ਉਹਨਾਂ ਕੁੜੀਆਂ ਨੂੰ ਤਾਂ ਮਾਂ ਮਿਲ ਗਈ ਮੇਰੀ ਮਾਂ ਕਿੱਥੋਂ ਆਏਗੀ ਇੱਕ ਮਾਂ ਜੋ ਹੋਈ ਮੈਂ ਉਸ ਦਿਨ ਵਾਕਈ ਹਿੱਲ ਗਈ ਸਾਂ ਕਿ ਮੈਂ ਜੋ ਕਰ ਰਹੀ ਆ ਮੈਨੂੰ ਪੋਜ਼ਿਟਿਵ ਤਾ ਕੁਝ ਲੱਭ ਨਹੀਂ ਰਿਹਾ ਤੇ ਮੈਂ ਇਧਰੋਂ ਵੀ ਗਵਾਈ ਜਾ ਰਹੀ ਆ ਖਰੇ ਮੈਨੂੰ ਜਾਣਾ ਵੀ ਚਾਹੀਦਾ ਹੈ ਕਿ ਨਹੀਂ ਉਹ ਸਮਾਂ ਸੀ ਜਦੋਂ ਸਾਡੇ ਆਪਣੇ ਹਸਪੀਟਲ ਦੇ ਵਿੱਚ ਸਾਡੇ ਕਲੀਗਸ ਸਾਡੇ ਨਾਲ ਚਾਹ ਪੀਣ ਤੋਂ ਵੀ ਗੁਰੇਜ਼ ਕਰਦੇ ਸਾਂ ਕਿ ਇਹਨਾਂ ਦਾ ਦਿਮਾਗ ਖਰਾਬ ਹੋ ਗਿਆ ਕਿ ਆਪਣਾ ਚੰਗਾ ਪਲਾ ਪੇਸ਼ਾ ਛੱਡ ਕੇ ਪਿੰਡਾਂ ਦੇ ਵਿੱਚ ਤੱਕੇ ਖਾਂਦੇ ਫਿਰ ਰਹੇ ਨੇ ਤੇ ਇਹ ਕੋਈ ਨਾਰਮਲ ਬੰਦੇ ਦੀ ਗੱਲ ਨਹੀਂ ਹੋ ਸਕਦੀ ਸੋ ਇਹਨਾਂ ਨਾਲ ਬੈਠਣਾ ਉੱਠਣਾ ਵੀ ਠੀਕ ਨਹੀਂ ਹੈ। ਇਹੋ ਜਿਹਾ ਤਿਰਸਕਾਰ ਇਸ ਤਰ੍ਹਾਂ ਦੀ ਸੋਚ ਦੇ ਨਾਲ ਜਦੋਂ ਅਸੀਂ ਤੁਰ ਰਹੇ ਸਾਂ ਮੈਂ ਜ਼ਰੂਰ ਅੱਜ ਮੰਨਦੀ ਆ ਕਿ ਮੈਂ ਵੀ ਇੱਕ ਵਾਰ ਟੁੱਟ ਗਈ ਸਾਂ ਮੈਨੂੰ ਲੋੜ ਨਹੀਂ ਇਸ ਵਿਸ਼ੇ ਤੇ ਕੰਮ ਕਰਨ ਦੀ ਬਹੁਤ ਹੋ ਗਿਆ ਮੈਂ ਨਹੀਂ ਹੁਣ ਕਰਨਾ। ਮੈਂ ਜਦੋਂ ਫੈਸਲਾ ਆਪਣੇ ਪਾਪਾ ਜੀ ਨੂੰ ਸੁਣਾਇਆ ਕਿ ਹੁਣ ਨਹੀਂ ਮੈਂ ਜਾਣਾ ਬਹੁਤ ਸਾਲ ਖਰਾਬ ਕਰ ਲਏ ਕੋਈ ਵੀ ਨਹੀਂ ਸੁਣਦਾ ਪਿਆ ਤੇ ਮੈਂ ਇਸ ਪਾਸੇ ਨਹੀਂ ਜਾਣਾ। ਤੇ ਮੈਨੂੰ ਕਹਿਣ ਲੱਗੇ ਬਿਬਾ ਲੋਕ ਅਜਿਹੇ ਨੇ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਵੀ ਨਹੀਂ ਬਖਸ਼ਿਆ ਉਹਨਾਂ ਨੂੰ ਮੰਦੀ ਸ਼ਬਦਾਵਲੀ ਵੀ ਬਦਲੀ ਗਈ ਬੋਲੀ ਗਈ ਉਹਨਾਂ ਲਈ ਤੱਕੇ ਮੁੱਕੇ ਵੀ ਮਾਰੇ ਪਿੰਡ ਚ ਵੜਨ ਤੋਂ ਵੀ ਰੋਕਿਆ ਯਾਨੀ ਉਹ ਸਾਰਾ ਕੁਝ ਉਹਨਾਂ ਨੂੰ ਕਿਹਾ ਗਿਆ ਜੋ ਸ਼ਾਇਦ ਆਮ ਬੰਦਾ ਸੁਣ ਵੀ ਨਹੀਂ ਸਕਦਾ ਤੇ ਸਾਡੇ ਲੋਕ ਤਾਂ ਗੁਰੂ ਸਾਹਿਬ ਨੂੰ ਅਮਰੂ ਨੇ ਥਾਵਾਂ ਤੱਕ ਵੀ ਕਹਿ ਗਏ ਸਨ ਸੋ ਤੂੰ ਕੀ ਸ਼ਾਇ ਕਿ ਤੂੰ ਇੰਨੀ ਕੁ ਚੀਜ਼ ਦੇ ਧੱਕੇ ਮੁੱਕਿਆਂ ਤੋਂ ਤੂੰ ਇਤਾਂ ਡਰ ਗਈ ਹੈ ਯਾਨੀ ਮੈਨੂੰ ਤੇ ਸ਼ਰਮ ਆਉਂਦੀ ਹੈ ਵੀ ਤੂੰ ਗੁਰੂ ਨਾਨਕ ਦੀ ਨਾਮ ਲੈਵਾ ਖਵਾਉਣ ਜੋਗੀ ਵੀ ਹੈ ਕਿ ਨਹੀਂ ਕਿ ਇੰਨੀ ਕੁ ਗੱਲ ਨਾਲ ਹੀ ਤੂੰ ਥਿਰਕ ਗਈ ਹੈ ਅਜੇ ਤਾਂ ਰਸਤਾ ਸ਼ੁਰੂ ਹੋਇਆ ਕੀ ਪਤਾ ਕਿੰਨੇ ਸਾਲ ਚੱਲਣਾ ਪਰ ਜੇ ਡਟੀ ਰਹੇਗੀ ਤਾਂ ਕੁਝ ਹਾਸਲ ਹੋਏਗਾ ਵਰਨਾ ਕੁਝ ਹੋਣਾ ਨਹੀਂ ਮੈਨੂੰ ਕਈ ਸਾਲ ਉਸ ਤੋਂ ਬਾਅਦ ਵੀ ਕਰੇ ਜਾਣ ਨਾਲ ਕੁਝ ਪੋਜ਼ਿਟਿਵ ਹਾਸਲ ਨਹੀਂ ਸੀ ਹੋਇਆ ਪਤਾ ਲੱਗ ਜਾਂਦਾ ਸੀ ਇੱਥੇ ਕੁੜੀ ਸੁੱਟੀ ਗਈ ਇਸ ਤਰ੍ਹਾਂ ਮਾਰੀ ਗਈ ਪਰ ਇੱਕ ਦਿਨ ਕਮਾਲ ਹੋਇਆ ਮੈਂ ਕਿਉਂਕਿ ਲਿਖਣਾ ਵੀ ਸ਼ੁਰੂ ਕੀਤਾ ਸੀ ਕਿ ਦੂਰ ਦੂਰ ਤੱਕ ਸ਼ਾਇਦ ਮੇਰੀ ਗੱਲ ਇਸ ਤਰ੍ਹਾਂ ਨਾ ਪਹੁੰਚੇ ਰੇਡੀਓ ਤੇ ਵੀ ਕੰਮ ਕੀਤਾ ਉੱਥੇ ਵੀ ਉਹਨਾਂ ਨੂੰ ਇਸ ਤਰ੍ਹਾਂ ਜਾਗਰੂਕ ਕੀਤਾ ਕਿ ਇਹ ਕਰੋ ਤੇ ਇੱਕ ਦਿਨ ਫੋਨ ਆਇਆ ਕਿਸੇ ਦਾ ਕੈਨੇਡਾ ਤੋਂ ਫੋਨ ਕਰਨ ਲੱਗੇ ਕਿ ਮੈਂ ਤੁਹਾਡੇ ਨਾਲ ਕੁਝ ਗੱਲ ਸਾਂਝੀ ਕਰਨਾ ਚਾਹੁੰਨਾ। ਕੀ ਹੋਣਾ ਇਹ ਕਿ ਅਸੀਂ ਆਪਣੇ ਇੱਥੇ ਪਹੁੰਚੇ ਸਾਂ ਅਬੋਰਸ਼ਨ ਕਰਵਾਉਣ ਲਈ ਇੱਕ ਪ੍ਰਾਈਵੇਟ ਕਲੀਨਿਕ ਵਿੱਚ ਬੈਠੇ ਸਾਂ। ਮੇਰੀ ਵਾਈਫ ਨੂੰ ਅੰਦਰ ਲੈ ਗਏ ਸਾਂ ਅਬੋਰਸ਼ਨ ਕਰਵਾਉਣ ਲਈ ਤੇ ਮੈਂ ਬਾਹਰ ਕਲੀਨਿਕ ਵਿੱਚ ਬੈਠਾ ਪੜ ਰਿਹਾ ਸਾਂ ਉੱਥੇ ਅਖਬਾਰਾਂ ਪਈਆਂ ਤੇ ਉੱਤੇ ਹੀ ਕਿ ਅਖਬਾਰ ਵਿੱਚ ਤੇਰਾ ਲੇਖ ਛਪਿਆ ਸੀ। ਕੁੜੀਆਂ ਤਾਂ ਕੁੜੀਆਂ ਨੇ ਕੁੜੀਆਂ ਦਾ ਕੀ? ਕਹਿੰਦੇ ਉਹ ਮੈਂ ਪੜ ਕੇ ਇੰਨਾ ਕ ਹਿੱਲਿਆ ਰੋਇਆ ਕੈਨਸਥੀਸੀਆ ਦਿੱਤੇ ਹੋਏ ਤੇ ਵੀ ਮੈਂ ਰੁਕਵਾ ਦਿੱਤਾ ਕਿ ਮੈਂ ਅਬੋਰਸ਼ਨ ਨਹੀਂ ਕਰਵਾਉਣੀ ਤੇ ਮੈਂ ਉਹਨਾਂ ਦੇ ਕੋਲ ਕੈਨੇਡਾ ਵਿੱਚ ਜਾ ਕੇ ਵੀ ਵੇਖ ਕੇ ਆਈਆਂ ਮੈਨੂੰ ਉਹਨਾਂ ਨੇ ਸੱਧਿਆ ਉਹ ਲੇਖ ਬਹੁਤ ਵੱਡਾ ਸਾਰਾ ਕਰਕੇ ਆਪਣੇ ਘਰ ਦੀ ਐਂਟ੍ਰੈਂਸ ਤੇ ਉਹਨਾਂ ਨੇ ਲਾਇਆ ਹੋਇਆ ਤੇ ਉਸ ਬੇਟੀ ਜੋ ਉੱਥੇ ਜੰਮੀ ਉਹਦਾ ਨਾਮ ਮੇਰੇ ਨਾਮ ਤੇ ਰੱਖਿਆ ਹੋਇਆ ਹਰਸ਼ਿੰਦਰ ਕੌਰ ਹੀ ਉਸ ਬੱਚੀ ਦਾ ਨਾਮ ਹੈ ਤੇ ਮੈਨੂੰ ਉਹਨਾਂ ਨੇ ਉਹ ਬੇਟੀ ਮਿਲਾਈ ਵੀ ਏ ਕਿ ਇਹ ਅੱਜ ਹੈ ਤਾਂ ਤੇਰੇ ਕਰਕੇ ਹੈ ਤੁਸੀਂ ਸਮਝ ਸਕਦੇ ਹੋ ਕਿ ਇੰਨੇ 7-8 ਸਾਲਾਂ ਦੀ ਸਿਰਫ ਧੱਕੇ ਖਾਣ ਤੋਂ ਬਾਅਦ ਜਦੋਂ ਇਹੋ ਜਿਹੀ ਖਬਰ ਕਿਸੇ ਨੂੰ ਕੀ ਕਮਾਲ ਕਰ ਸਕਦੀ ਹੈ ਅੱਜ ਤਾਂ ਹੀ ਸੱਚ ਜਾਣਿਓ ਇਸ ਤਰ੍ਹਾਂ ਹੀ ਮਹਿਸੂਸ ਹੁੰਦਾ ਹੈ ਇਹ ਮੈਨੂੰ ਉਸ ਦਿਨ ਦੁਨੀਆ ਦਾ ਸਭ ਤੋਂ ਵੱਡਾ ਇਨਾਮ ਮਿਲਿਆ ਸੀ ਮੈਨੂੰ ਲੱਗਿਆ ਇੰਨੇ ਸਾਲਾਂ ਵਿੱਚ ਜੇ ਇੱਕ ਤੀ ਬਚਾ ਸਕੀਆਂ ਤੇ ਸ਼ੁਕਰ ਪਰ ਉਸ ਤੋਂ ਬਾਅਦ ਸੀ ਇਹ سلسلہ ਰੁਕਿਆ ਨਹੀਂ ਮੈਨੂੰ ਇੱਕ ਨਹੀਂ ਦੋ ਨਹੀਂ ਅੱਜ ਮੇਰੇ ਬੈਂਕ ਦੇ ਲੋਕਰ ਵਿੱਚ ਜ਼ੇਵਰ ਨਹੀਂ ਨੇ ਪਰ 50 ਚਿੱਠੀਆਂ ਨੇ ਕੀਮਤੀ ਜਿਨ੍ਹਾਂ ਵਿੱਚ ਲਿਖਤੀ ਰੂਪ ਵਿੱਚ ਮਾਪਿਆਂ ਨੇ ਮੰਨਿਆ ਕਿ ਅਸੀਂ ਧੀ ਮਾਰੀ ਸੀ ਤੇਰੇ ਆਖੇ ਤੇ ਫਿਰ ਅਸੀਂ ਤੇਰੇ ਕਹਿਣ ਤੋਂ ਬਾਅਦ ਜੰਮੀ ਹੈ ਤੇ ਸਾਡੇ ਇਸ ਵੇਲੇ ਜੇ ਘਰ ਵਿੜਾ ਰੌਣਕ ਹੈ ਭਰਿਆ ਹੋਇਆ ਤਾਂ ਤੇਰੇ صدਕਾ ਹੋਇਆ ਇਹ 50 ਚਿੱਠੀਆਂ ਸੱਚ ਜਾਣਿਓ ਮੇਰੇ ਲਈ ਇਸ ਤਰ੍ਹਾਂ ਦੀਆਂ ਅਨਮੋਲ ਨੇ ਕਿ ਮੇਰੇ ਘਰ ਦੇ ਮੇਰੇ ਬੱਚੇ ਕਈ ਵਾਰ ਕਹਿ ਦਿੰਦੇ ਨੇ ਕਾਗਜ਼ ਕਦੋਂ ਸੁੱਟੇਗੀ ਮੈਂ ਕਿਹਾ ਬਈ ਜਦੋਂ ਮੈਂ ਮਰ ਗਈ ਨਾਲ ਭਾਵੇਂ ਸਾੜ ਦਿਓ ਉਦੋਂ ਤੱਕ ਮੈਂ ਸੁੱਟ ਨਹੀਂ ਸਕਦੀ ਮੇਰੇ عزیز ਨੇ ਕਿ ਇਹ ਬੱਚੀਆਂ ਮੈਂ ਬਚਾ ਸਕੀ ਮੈਨੂੰ ਲੱਗਦਾ ਮੇਰੀ ਜ਼ਿੰਦਗੀ ਕਿਸੇ ਲੇਖੇ ਲੱਗ ਗਈ ਉਸ ਤੋਂ ਬਾਅਦ ਅਨੇਕ ਫੋਨ ਵੀ ਆਉਂਦੇ ਰਹੇ ਕਿ ਅਸੀਂ ਤੇਰੇ ਕਹਤੇ ਤੀ ਇਸ ਤਰ੍ਹਾਂ ਸਾਡੇ ਜੰਮੀ ਐ ਅਡਾਪਟ ਵੀ ਬਹੁਤ ਸਾਰੀਆਂ ਹੋਈਆਂ ਅੱਛਾ ਲੱਗਦਾ ਸੀ ਖੁਸ਼ੀ ਹੁੰਦੀ ਸੀ ਕਿ ਅਸੀਂ ਕੰਮ ਕਰ ਰਹੇ ਆ ਤੇ ਉਹਦਾ ਕੁਝ ਨਾ ਕੁਝ ਨਤੀਜਾ ਜੇ ਅਸੀਂ ਇੱਕ ਵੀ ਜਾਨ ਬਚਾ ਲਈਏ ਚੰਗਾ ਲੱਗਦਾ ਤੇ ਇੰਨੀਆਂ ਸਾਰੀਆਂ ਹੋ ਗਈਆਂ ਖੁਸ਼ੀ ਹੁੰਦੀ ਸੀ ਪਰ ਕਿਸੇ ਪਾਸੇ ਜ਼ਿੰਦਗੀ ਕਈ ਵਾਰ ਮੋੜ ਬੜੀ ਅਜੀਬ ਲੈਂਦੀ ਹੈ ਅਸੀਂ ਇਸੇ ਤਰ੍ਹਾਂ ਇੱਕ ਪਿੰਡ ਵਿੱਚ ਕਿਉਂਕਿ ਕੁਝ ਹੌਸਲਾ ਮਿਲ ਚੁੱਕਿਆ ਹੋਇਆ ਸੀ ਅਸੀਂ ਵਿਚਾਰ ਰਹੇ ਆ ਰੰਡ ਵਿੱਚ ਗਏ ਤਾਂ ਇੱਕ ਬਜ਼ੁਰਗ ਪਿਓ ਨੇ ਮੈਨੂੰ ਰੋਕ ਲਿਆ ਕਹਿਣ ਲੱਗੇ ਮੇਰੀਆਂ ਤਿੰਨ ਧੀਆਂ ਨੇ ਇੱਕ ਧੀ ਜਿਸ ਨੇ ਦਾਜ ਦੇ ਖਾਤਰ ਉਹਦੇ ਸਾਰਿਆਂ ਨੇ ਸਾੜ ਦਿੱਤਾ ਮੈਂ ਅੱਜ ਤੱਕ ਉਹਦੇ ਲਈ ਢੇੜੇ ਕੱਢ ਰਿਆਂ ਅਦਾਲਤਾਂ ਦੇ ਪੁਲਿਸ ਥਾਣੇ ਦੇ ਕਿਸੇ ਪਾਸੇ ਮੇਰੀ ਸੁਣਵਾਈ ਨਹੀਂ ਉਹ ਸੜ ਗਈ ਖਤਮ ਹੋ ਗਈ ਤੇ ਫਿਰ ਵੀ ਕੋਈ ਆਵਾਜ਼ ਨਹੀਂ ਬਣ ਸਕਿਆ ਦੂਜੀ ਧੀ ਦੇ ਕੁੜੀ ਜੰਮੀ ਤਾਂ ਉਹਦੇ ਸਹੁਰਿਆਂ ਨੇ ਵਾਪਸ ਧੱਕ ਦਿੱਤਾ ਮੇਰੇ ਕੋਲ ਘਰ ਬੈਠੀ ਹੈ ਤੀਜੀ ਧੀ ਹੁਣ ਮੇਰੀ ਵਿਆਹਣ ਵਾਲੀ ਹੈ ਤੇ ਮੈਂ ਪੱਕੀ ਤੌਰ ਤੇ ਕਹਿ ਕੇ ਭੇਜਣਾ ਕਿ ਇਹਦੇ ਅੱਗੋਂ ਕੁੜੀ ਜੰਮਣੀ ਨਹੀਂ ਚਾਹੀਦੀ ਮੇਰੀਆਂ ਅੱਖਾਂ ਖੁੱਲ ਗਈਆਂ ਸਨ ਕਿ ਮੈਂ ਇੱਕ ਤਰਫਾ ਸਿਰਫ ਕੰਮ ਤੇ ਲੱਗੀ ਹਾਂ ਵੀ ਧੀ ਬਚਾਉਣੀ ਚਾਹੀਦੀ ਏ ਪਰ ਕਿਵੇਂ ਬਚਣ ਤੋਂ ਬਾਅਦ ਉਹਦੇ ਨਾਲ ਜ਼ੁਲਮ ਹੁੰਦੇ ਨੇ ਉਸ ਪਾਸੇ ਕਦੇ ਧਿਆਨ ਹੀ ਨਹੀਂ ਦਿੱਤਾ ਲੰਬਾ ਸਫ਼ਰ ਸੀ ਕਿ ਅਸੀਂ ਇੱਕ ਪਾਸਾ ਫੜਿਆ ਜੇ ਪਰ ਹੁਣ ਇਹਦਾ ਮਤਲਬ ਹੈ ਕਿ ਜੋ ਕ੍ਰਾਈਮ ਅਗੇਂਸਟ ਔਮਨ ਹੈ ਉਹ ਸ਼ਾਇਦ ਕਈ ਗੁਣਾ ਵਧਿਆ ਪਿਆ ਕਿ ਇੱਕ ਪਾਸੇ ਫੜਨ ਨਾਲ ਕੰਮ ਜਤ ਸਰਣਾ ਨਹੀਂ ਸੋ ਹੌਲੀ-ਹੌਲੀ ਸ਼ੁਰੂ ਕੀਤੇ ਅਸੀਂ ਉਸ ਪਾਸੇ ਵੀ ਧਿਆਨ ਕਿ ਇਹ ਬੱਚੀਆਂ ਜੋ ਜੰਮਦੀਆਂ ਨੇ ਜਿਸ ਤਰੀਕੇ ਇਹ ਜ਼ੁਲਮ ਵਧ ਹੀ ਜਾਂਦੇ ਨੇ ਅਸੀਂ ਨੋ ਡਾਉਰੀ ਮਹਿੰਮ ਸ਼ੁਰੂ ਕੀਤੀ ਜਦੋਂ ਸ਼ੁਰੂ ਕੀਤੀ ਇੱਕ ਪਿੰਡ ਦੇ ਸਿਰਫ ਇੱਕ ਥਾਂ ਤੋਂ ਅਸੀਂ ਕਾਗਜ਼ ਲੈ ਕੇ ਤੁਰੇ ਸਾਂ ਵੀ ਸ਼ਾਇਦ ਇਸ ਤੇ ਕੋਈ ਮੰਨੇ ਕਿਸੇ ਤੋਂ ਅੰਗੂਠਾ ਲਵਾਈਏ ਸਾਈਨ ਕਰਾਈਏ ਵੀ ਆਪਣੀ ਜ਼ਮੀਰ ਤਾਂ ਮੰਨ ਲਈ ਆ ਜਾ ਗੁਰਦੁਆਰਾ ਸਾਹਿਬ ਚ ਲਿਖ ਵੀ ਤੂੰ ਦਾਜ ਨਹੀਂ ਲਾਏਗਾ 10 ਕ ਸਾਈਨ ਹੋਏ ਫਿਰ ਵੱਧਦੇ ਗਏ ਵੱਧਦੇ ਗਏ ਪਰ ਅੱਜ ਪਾਕਿਸਤਾਨ ਵਿੱਚ ਤੋਂ ਲੈ ਕੇ ਯਾਨੀ ਹਾਂਗਕਾਂਗ ਨਿਊਜ਼ੀਲੈਂਡ ਆਸਟ੍ਰੇਲੀਆ ਯੂਰਪ ਦੇ ਵਿੱਚ ਹੋਰ ਕਈ ਮੁਲਕਾਂ ਵਿੱਚ ਲੰਡਨ ਮੈਡੀਕਲ ਕਾਲਜ ਦੇ ਵਿੱਚੋਂ ਵੀ ਸਟੂਡੈਂਟਸ ਨੇ ਇਵਨ ਕੈਨੇਡਾ ਦੀਆਂ ਯੂਨੀਵਰਸਿਟੀਆਂ ਨੇ ਅਮਰੀਕਾ 'ਚ ਐਸ ਵੇਲੇ ਸਾਡੇ ਕੋਲ 70000 ਤੋਂ ਵੱਧ ਸਟੂਡੈਂਟਸ ਨੇ ਜਿਨ੍ਹਾਂ ਨੇ ਨੋ ਡਾਉਰੀ ਮਹਿੰਮ ਵਿੱਚ ਜੋ ਸ਼ਾਮਲ ਹੋ ਕੇ ਸਿਗਨੇਚਰਸ ਕੀਤੇ ਉਹਦੇ ਵਿੱਚ ਐਸ ਵੇਲੇ 900 ਤੋਂ ਵੱਧ ਬੱਚੇ ਬਗੈਰ ਦਾਜ ਦੇ ਵਿਆਹ ਕਰ ਚੁੱਕੇ ਨੇ ਇਹ ਦੂਜਾ ਸਟੈਪ ਸੀ ਜੋ ਅਸੀਂ ਸ਼ੁਰੂ ਕੀਤਾ ਕਿ ਘੱਟੋ ਘੱਟ ਅਸੀਂ ਇਹ ਦਾਜ ਵਾਲਾ ਪਾਸਾ ਜ਼ਰੂਰ ਦੇਖਣਾ ਸ਼ੁਰੂ ਕਰੀਆ ਗੱਲ ਇੱਥੇ ਵੀ ਨਿਬੜੀ ਨਹੀਂ ਸੀ ਕਿਉਂਕਿ ਕ੍ਰਾਈਮ ਅਗੇਂਸਟ ਔਮਨ ਬਹੁਤ ਜ਼ਿਆਦਾ ਸੀ ਜਿਸ ਤਰੀਕੇ ਦੀ ਲੜਾਈ ਅਜੇ ਸੀ ਸਾਨੂੰ ਦਿਸ ਰਹੀ ਸੀ ਕਿ ਡੋਮੈਸਟਿਕ ਵਾਇਲੈਂਸ ਜੋ ਜਿਸ ਤਰੀਕੇ ਕੁੜੀਆਂ ਜੰਮਣ ਤੇ ਸੁੱਟ ਦਿੱਤਾ ਜਾਂਦਾ ਸੋ ਉਹ ਸਫਰ ਵੀ ਲੰਬਾ ਸੀ ਸਾਡੇ ਨਾਲ ਜੁੜੇ ਕੁਝ ਐਡਵੋਕੇਟ ਜੋ ਅਸੀਂ ਕੇਸ ਲੜੇ ਸੁਪਰੀਮ ਕੋਰਟ ਤੱਕ ਵੀ ਜਿਨ੍ਹਾਂ ਦੇ ਡੋਮੈਸਟਿਕ ਵਾਇਲੈਂਸ ਵਿੱਚੋਂ ਉਹਨਾਂ ਨੂੰ ਨਿਆਂ ਦਵਾਇਆ ਜਿਸ ਲਈ ਕੋਈ ਪੈਸਾ ਉਹਨਾਂ ਤੋਂ ਲਿਆ ਨਹੀਂ ਗਿਆ ਇਸ ਸਫ਼ਰ ਦੇ ਵਿੱਚ ਸ਼ਾਇਦ ਤੁਹਾਨੂੰ ਲੱਗਦਾ ਹੋਵੇ ਕਿ ਬਹੁਤਾ ਕੋਈ ਵੱਡੀ ਗੱਲ ਨਹੀਂ ਪਰ ਇਹਦੇ ਵਿੱਚ ਸਾਨੂੰ ਇੱਕ ਵਾਰ ਕਿਸੇ ਨੇ ਬੜਾ ਟੌਂਟ ਜਾਂ ਕੱਸਿਆ ਮੈਂ ਨਾਮ ਨਹੀਂ ਲੈਣਾ ਚਾਹੁੰਦੀ ਕੋਈ ਪੋਲਿਟਿਕਲ ਹਸਤੀ ਬੜੀ ਵੱਡੀ ਤਗੜੀ ਜੋ ਸ਼ਾਇਦ ਇਸੇ ਉੱਤੇ ਕੰਮ ਹੀ ਕਰ ਰਹੀ ਸੀ ਇਸ ਤਰ੍ਹਾਂ ਦੇ ਲਈ ਸਾਨੂੰ ਬੜਾ ਇੱਕ ਮਹਿਣਾ ਜਿਹਾ ਵੱਜਿਆ ਵੀ ਕਿਸੇ ਥਾਂ ਤੇ ਕਦੇ ਗਿਣਤੀ ਕੁੜੀਆਂ ਦੀ ਵਧੀ ਹੋਈ ਵੀ ਦਿਸੀਏ ਕਿ ਐਵੇਂ ਹੀ ਤੁਸੀਂ ਲੱਗੇ ਹੋਏ ਹੋ ਸੋ ਅਸੀਂ ਇਹ ਵੀ ਸੋਚਿਆ ਵੀ ਵਾਕਈ ਸਾਰੇ ਪਿੰਡਾਂ ਵਿੱਚ ਤੁਰੀ ਫਿਰੀ ਜਾਣ ਨਾਲੋਂ ਕੋਸ਼ਿਸ਼ ਕਰੀਏ ਕਿਸੇ ਇੱਕ ਪਿੰਡ ਵਿੱਚ ਬਹਿ ਕੇ ਕਿਸੇ ਤਰੀਕੇ ਦੇਖੀਏ ਗਿਣਤੀ ਵੀ ਵੱਧ ਸਕਦੀ ਏ ਕਿ ਨਹੀਂ ਸਾਡੇ ਯਾਨੀ ਕਹੇ ਦਾ ਅਸਰ ਕਿਸੇ ਲੋਕਲਾਈਜ਼ਡ ਥਾਂ ਤੇ ਵੀ ਹੋ ਰਿਹਾ ਸੋ ਅਸੀਂ ਕੰਮ ਸ਼ੁਰੂ ਕੀਤਾ ਇੱਕ ਪਿੰਡ ਤੋਂ ਜੋ ਸਾਡੇ ਨੇੜੇ ਹੀ ਸੀ ਪਟਿਆਲੇ ਦੇ ਨੇੜੇ ਤੇ ਤੁਸੀਂ ਕਮਾਲ ਵੇਖੋ ਉੱਥੇ ਬਹਿ ਕੇ ਹੁਣ ਮੈਂ ਐਕਸ ਤੇ ਵਾਈ ਸਮਝਾਉਣਾ ਸੀ ਤਾ ਮੇਰਾ ਸਮਝਾਣ ਦਾ ਉਹਨਾਂ ਨੂੰ ਤਾਗਿਆਂ ਨਾਲ ਅਸੀਂ ਸ਼ੁਰੂ ਕੀਤਾ ਕਿ ਲਾਲ ਤੇ ਹਰਾ ਤਾਗਾ ਇਹ ਹੁੰਦਾ ਜੇ ਐਕਸ ਤੇ ਵਾਈ ਦੇਖਿਆ ਬਥੇੜੀ ਸਿਰਕਪਾਈ ਕਰਨ ਬਾਅਦ ਵੀ ਸਮਝਦੇ ਨਹੀਂ ਪਰ ਹੌਲੀ-ਹੌਲੀ ਜਦੋਂ ਇੰਨਾ ਕਿ ਉਹਨਾਂ ਨੂੰ ਸਮਝ ਆ ਗਈ ਕਿ ਸਰੀਰ ਚ ਐਕਸ ਵਾਈ ਦਾ ਕੀ ਮਤਲਬ ਜੇ ਤਾਂ ਫਿਰ ਮੈਂ ਨਵਾਂ ਇੱਕ ਫੁਰਨਾ ਫੁਰਿਆ ਮੈਂ ਘਰਾਂ ਵਿੱਚ ਜਾਣਾ ਦਵਾਈਆਂ ਵੰਡਣੀਆਂ ਤੇ ਕਿਸੇ ਬਜ਼ੁਰਗ ਜਿਹੜੀ ਉੱਥੇ ਹੋਣ ਦੀ ਘਰ ਚ ਦਾਦੀ ਦੇ ਕੋਲ ਬਹਿ ਜਾਣਾ ਥੱਲੇ ਪੁੰਜੇ ਉਹਦੇ ਨਾਲ ਬਹਿ ਜਾਣਾ ਉਹਨਾਂ ਖਾਣਾ ਖਵਾਣਾ ਵੀ ਆਏ ਨੇ ਦਵਾਈਆਂ ਵੰਡਣ ਤੇ ਮੈਂ ਕਹਿਣਾ ਬੀਬੀ ਅਫਸੋਸ ਕਰਨ ਆਈਆਂ ਤੁਹਾਡੇ ਘਰ ਉਹਨੇ ਕਿਹਾ ਹਾਏ ਹਾਏ ਲੋੜਾ ਚੰਗੇ ਭਲੇ ਦੋ ਦੋ ਮੇਰੇ ਪੋਤਰੇ ਐਤ ਭਰਿਆ ਪੂਰਾ ਮੇਰਾ ਘਰ ਪੁੱਤਰ ਜਵਾਨ ਅਫਸੋਸ ਕਾਦਾ ਕਰਨਾ ਹੀ ਆ ਮੈਂ ਕਹਿਣਾ ਬੀਬੀ ਗੱਲ ਇਹ ਹੈ ਜਿਵੇਂ ਮੈਂ ਦੱਸਿਆ ਨਾ ਹੁਣ ਤੇਰੇ ਸਰੀਰ ਦਾ ਜਿਹੜਾ ਅੰਸ਼ ਸੀ ਨਾ ਜਿਹੜੀ ਤੇਰੀ ਪਛਾਣ ਦੇਣੀ ਸੀ ਤੇਰੇ ਮੁੰਡੇ ਵਿੱਚ ਤਾਂ ਚਲਾ ਗਿਆ ਪਰ ਤੇਰਾ ਐਕਸ ਜਿਹੜਾ ਤੇਰੇ ਮੁੰਡੇ ਚ ਗਿਆ ਨਾ ਅੱਗੋਂ ਉਹ ਐਕਸ ਜਿਹੜਾ ਸੀ ਉਹ ਕੁੜੀ ਚ ਜਾਣਾ ਸੀ ਤੇਰੀ ਪੋਤਰੀ ਚ ਪੋਤਰੀ ਤਾਂ ਜੰਮੀ ਨਹੀਂ ਤੇ ਜੇ ਪੋਤਰਾ ਜੰਮਿਆ ਤਾਂ ਤੇਰੀ ਨੂਹ ਦਾ ਟੱਬਰ ਜਿਹੜਾ ਐਕਸ ਕਰੋਮੋਸੋਮ ਨਾਲ ਸੀ ਨਾ ਉਹ ਤੁਰ ਪਿਆ ਬੀਬੀ ਤੇਰੀ ਕਹਾਣੀ ਤਾਂ ਖਤਮ ਤੇਰੀ ਨੂਹ ਤੁਰ ਪਈ ਜੇ ਅੱਗੇ ਯਾਨੀ ਤੇਰੇ ਘਰ ਬੈਠੇ ਹੋયા ਵੀ ਤੇਰੇ ਨੂਹ ਦਾ ਟੱਬਰ ਤੁਰ ਹੀ ਜਾਂਦਾ ਤੂੰ ਤਾਂ ਕਹਾਣੀ ਖਤਮ ਇਸ ਗੱਲ ਨੇ ਇੰਨਾ ਕੁ ਕਲਿੰਚ ਕੀਤਾ ਕਿ ਜਿਹੜੀ ਉੱਥੇ ਸ਼ੁਰੂ ਅਸੀਂ ਜਦੋਂ ਕੀਤੀ ਗਿਣਤੀ 83 ਕੁੜੀਆਂ ਸੀ ਪ੍ਰਤੀ ਜਿਹੜੇ 100 ਮੁੰਡਿਆਂ ਪਿੱਛੇ ਤੇ 5 ਸਾਲ ਲਗਾਤਾਰ ਜਦੋਂ ਅਸੀਂ ਮਿਹਨਤ ਕਰਕੇ ਹਟੇ ਉੱਥੇ 103 ਸੀ ਕੁੜੀਆਂ 100 ਦੇ ਪਿੱਛੇ ਸੋ ਇਹ ਮੈਂ ਸ਼ਾਇਦ ਤੁਹਾਡੇ ਵਿੱਚ ਹੋਣਾ ਨਹੀਂ ਸੀ ਕਿਉਂਕਿ ਮੇਰੀ ਖਬਰ ਕਿਤੇ ਬਾਹਰ ਨਿਕਲਨੀ ਨਹੀਂ ਸੀ ਅਸੀਂ ਫੋਟੋਆਂ ਨਹੀਂ ਸਾਂ ਖਿਚਾ ਰਹੇ ਕਿਤੇ ਗੱਲ ਨਹੀਂ ਸਾਂ ਕਰ ਰਹੇ ਉਸ ਪਿੰਡ ਵਿੱਚੋਂ ਬਾਹਰ ਪਹੁੰਚੇ ਕੋਈ ਐਨਆਰਆਈ ਜਿਨ੍ਹਾਂ ਨੇ ਜ਼ਿਕਰ ਕੀਤਾ ਕਿ ਇਸ ਤਰੀਕੇ ਕੋਈ ਕੰਮ ਕਰ ਰਿਹਾ ਹੈ ਇਹ ਖਬਰ ਪਹੁੰਚੀ ਨੀਦਰਲੈਂਡਸ ਦੇ ਵਿੱਚ ਨੀਦਰਲੈਂਡਸ ਦੇ ਵਿੱਚੋਂ ਉਹਨਾਂ ਦੇ ਪਹੁੰਚੇ ਉੱਥੇ ਮੀਡੀਆ ਦੇ ਬੰਦੇ ਆ ਕੇ ਸਾਡੇ ਨਾਲ ਰਹੇ ਉਹਨਾਂ ਨੇ ਸਾਡਾ ਦੇਖਿਆ ਕੰਮ ਕਰ ਰਿਕਾਰਡਿੰਗ ਕੀਤੀ ਨਾਲ ਫਿਰ ਉਹ ਲੈ ਕੇ ਗਏ ਉਹਨਾਂ ਨੇ ਨੈਸ਼ਨਲ ਆਪਣੀ ਟੈਲੀਵਿਜ਼ਨ ਤੇ ਦਿਖਾਇਆ ਕਿ ਇਹ ਇਸ ਤਰ੍ਹਾਂ ਦਾ ਕੰਮ ਵੀ ਹੋਇਆ ਜਿੱਥੇ ਗਿਣਤੀ ਵੱਧ ਸਕੀਏ ਸੋ ਇਹ ਸਾਨੂੰ ਅਜ਼ਮਾ ਲੈਣਾ ਚਾਹੀਦਾ ਹੈ ਉਹ ਖਬਰ ਅੱਗੋਂ ਪਹੁੰਚੀ ਜੇ ਸਦਕਾ ਯੂਨ ਵਿੱਚ ਮੈਨੂੰ ਸੱਦਾ ਵੀ ਮਿਲਿਆ ਦੋ ਵਾਰ ਮੈਂ ਉੱਥੇ ਲੈਕਚਰ ਵੀ ਦੇਣ ਗਈ ਰਿਸਰਚ ਪੇਪਰ ਵੀ ਪੜ੍ਹੇ ਤੇ ਮੈਨੂੰ ਉੱਥੇ ਯੂਨ ਦੇ ਵੱਲੋਂ ਫਿਰ ਔਮਨ ਆਫ ਦਿਅਰ 2012 ਅਵਾਰਡ ਮਿਲਿਆ ਜਦੋਂ ਕਿ ਮੇਰੇ ਆਪਣੇ ਮੁਲਕ ਵਿੱਚ ਪਤਾ ਹੀ ਨਹੀਂ ਸੀ ਕੋਈ ਕਿਤੇ ਕੰਮ ਵੀ ਕਰ ਰਿਹਾ ਕਿ ਨਹੀਂ ਪਰ ਉਹ ਸਪੀਚ ਜੋ ਉਹਨਾਂ ਨੇ ਰਿਕਾਰਡ ਕੀਤੀ ਸੀ ਉਹ ਸਪੀਚ ਤੇ ਇੰਟਰਨੈਸ਼ਨਲ ਰੇਡੀਓ ਫੈਸਟੀਵਲ ਆਫ ਇਰਾਨ ਹੁੰਦਾ ਜੇ ਉਹਦੇ ਵਿੱਚ ਮੇਰੀ ਸਪੀਚ ਜੋ ਕਿ ਦਿੱਤੀ ਪੰਜਾਬੀ ਵਿੱਚ ਹੋਈ ਸੀ ਉਹਦਾ ਤਰਜਮਾ ਕਰਕੇ ਜਦੋਂ ਜੱਜਸ ਦੇ ਕੋਲ ਪੇਸ਼ ਕੀਤਾ ਗਿਆ ਤਾਂ ਮੇਰੀ ਸਪੀਚ ਉੱਥੇ ਇੰਟਰਨੈਸ਼ਨਲ ਲੈਵਲ ਤੇ ਵਰਲਡਜ਼ ਨੰਬਰ 1 ਡਿਕਲੇਅਰ ਕੀਤੀ ਗਈ ਸਿਰਫ ਉਸੇ ਹੀ ਸਪੀਚ ਤੇ ਜੋ ਮੈਂ ਉਹਨਾਂ ਪਿੰਡਾਂ 'ਚ ਦਿਆ ਕਰਦੀ ਸਾਂ। ਯਾਨੀ ਹੌਸਲਾ ਇਸ ਤਰੀਕੇ ਮੈਂ ਤੁਹਾਨੂੰ ਦੱਸਣਾ ਚਾਹੁੰਨੀ ਹਾਂ ਕਿ ਇਹਦੇ ਵਾਰ ਜਦੋਂ ਇੰਟਰਨੈਸ਼ਨਲ ਅਵਾਰਡਸ ਮਿਲਦੇ ਹੋਣ ਤਾਂ ਸਾਡੇ ਸਰਕਾਰ ਵੱਲੋਂ ਕੁਝ ਇਨਾਮ ਬੜੇ ਕਮਾਲ ਦੇ ਮਿਲਿਆ ਕਰਦੇ ਨੇ। ਇਹ ਸੋਚ ਲਿਆ ਗਿਆ ਕਿ ਜੇ ਇਹ ਮੁਲਕ ਤੋਂ ਬਾਹਰ ਕੋਈ ਗੱਲ ਕਰ ਰਹੀ ਹੈ ਤਾਂ ਸ਼ਾਇਦ ਇਸ ਮੁਲਕ ਦੀ ਬਦਨਾਮੀ ਹੋ ਰਹੀ ਹੈ ਸੋ ਮੇਰੀ ਤਨਖਾਹ ਸਾਲ ਪਰ ਲਈ ਰੋਕ ਦਿੱਤੀ ਗਈ ਸਾਡੀ ਇਨਕ੍ਰੀਮੈਂਟ ਰੁਕੀ ਗਈ ਸਾਨੂੰ ਮੈਨੂੰ ਡਿਮੋਸ਼ਨ ਦੇ ਦਿੱਤੀ ਗਈ ਮੇਰੇ ਪਤੀ ਦੀ 6 ਮਹੀਨੇ ਤਨਖਾਹ ਬੰਦ ਹੋਈ ਯਾਨੀ ਇਹ ਸਾਰੀਆਂ ਚੀਜ਼ਾਂ ਅਸੀਂ ਕੋਰਟ ਦੇ ਰਹੀ ਲੈ ਕੇ ਸਭ ਵਾਪਸ ਪਹੁੰਚਦੇ ਰਹੇ ਹਾਂ ਪਰ ਇਸ ਤਰ੍ਹਾਂ ਦੀਆਂ ਚੀਜ਼ਾਂ ਸ਼ਾਇਦ ਹਿੰਮਤ ਹੋਰ ਵਧਾ ਦਿੰਦੀਆਂ ਕਿਉਂਕਿ ਮੈਂ ਉਦੋਂ ਮੇਰੇ ਪਾਪਾ ਜੀ ਤੁਰ ਚੁੱਕੇ ਹੋਏ ਸਨ ਪਰ ਉਹਨਾਂ ਦੀ ਕਈ ਗੱਲ ਮੈਂ ਇਸ ਕਰਕੇ ਨਹੀਂ ਕਹਿ ਰਹੀ ਕਿ ਇਹ ਔਕੜਾ ਮੈਂ ਤੁਹਾਨੂੰ ਤੁਹਾਡੇ ਕੋਲੋਂ ਕੋਈ ਤਰਸ ਦੀ ਪਾਤਰ ਬਣ ਕੇ ਲੈਣਾ ਚਾਹੁੰਦੀ ਆ ਜਾਂ ਦੱਸਣਾ ਚਾਹੁੰਦੀ ਆ ਮੇਰਾ ਮਕਸਦ ਇਹ ਕਿ ਜਿਹੜੇ ਵੀ ਜਣੇ ਅਜਿਹੇ ਕੰਮ ਵਿੱਚ ਜੁੜਨਗੇ ਔਕੜਾਂ ਜ਼ਰੂਰ ਆਉਂਦੀਆਂ ਨੇ ਪਰ ਇਸ ਔਕੜਾਂ ਦੇ ਵਿੱਚੋਂ ਜੋ ਸਫਲਤਾ ਕਿਸ ਤਰੀਕੇ ਮਿਲਦੀ ਏ ਸਿਰਫ ਮੈਂ ਉਹ ਦੱਸਣਾ ਚਾਹੁੰਦੀ ਆ ਕਿ ਇਹ ਸਾਰਾ ਕੁਝ ਕਰਦਿਆਂ ਲੜਾਈ ਲੜਦਿਆਂ ਵੀ ਮੈਨੂੰ ਅੱਜ ਜੇ ਪ੍ਰੈਜ਼ੀਡੈਂਟ ਆਫ ਇੰਡੀਆ ਨੇ ਟਾਪ 100 ਊਮਨ ਅਚੀਵਰਸ ਆਫ ਇੰਡੀਆ ਦੇ ਵਿੱਚ ਸ਼ਾਮਲ ਕੀਤਾ ਜਿਨ੍ਹਾਂ ਵਿੱਚੋਂ ਪੂਰੀ ਹਿੰਦੁਸਤਾਨ ਵਿੱਚ ਮੈਨੂੰ ਇਕੱਲੀ ਚੁਣ ਸਕੇ ਕਿਉਂਕਿ ਕਿਸੇ ਹੋਰ ਨੇ 26 ਸਾਲ ਕੰਮ ਹੀ ਨਹੀਂ ਸੀ ਕੀਤਾ ਸੋ ਉਹਨਾਂ ਨੇ ਜਨਵਰੀ ਦੇ ਵਿੱਚ ਮੈਨੂੰ ਇਹ ਉਹਨਾਂ ਨੂੰ ਅਵਾਰਡ ਦੇਣਾ ਪਿਆ ਕਿਉਂਕਿ ਇਹ ਬਾਇ ਪਪੂਲਰ voting ਦੇ ਰਾਹੀਂ ਹੋਣਾ ਸੀ ਸੋ ਕਿਉਂਕਿ ਕੋਈ ਹੋਰ ਇਸ ਵਿਸ਼ੇ ਤੇ ਕੰਮ ਹੀ ਨਹੀਂ ਸੀ ਕਰ ਸਕਿਆ ਸੋ ਮੈਨੂੰ ਉਹ ਵੀ ਉਹਨਾਂ ਨੂੰ ਦੇਣਾ ਪਿਆ ਪਰ ਮੈਂ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਇਸ ਤਰ੍ਹਾਂ ਦਾ ਮਾਣ ਉਹਨਾਂ ਵੱਲੋਂ ਮਿਲਿਆ ਫਿਰ ਟੌਪ 100 ਰੋਲ ਮਾਡਲਸ ਆਫ ਦੀ ਵਰਲਡ ਵਿੱਚ ਵੀ ਸ਼ਾਮਲ ਕੀਤਾ ਗਿਆ ਪਰ ਇਹ ਇਨਾਮਾਂ ਤੋਂ ਯਾਨੀ ਮੈਂ ਸਿਰਫ ਇਹ ਨਹੀਂ ਕਹਿਣਾ ਚਾਹ ਰਹੀ ਕਿ ਕੁਝ ਹਾਸਲ ਹੋਏ ਤੇ ਕੁਝ ਖੁੱਸੇ ਦੇ ਵਿੱਚ ਚੱਲਦਾ ਕੀ ਜੇ ਪਰ ਇਸੇ ਹੀ ਤਰ੍ਹਾਂ ਤੁਰਦੇ ਤਰਾਂਦੇ ਇੱਕ ਵਾਰ ਫਿਰ ਲਾਹਨਤ ਪਈ ਕਿ ਧੀ ਬਚਾ ਵੀ ਲਈ ਤੁਸੀਂ ਉਹਦੇ 'ਚ ਵੀ ਦਾਜ ਵਖਾਤਰ ਵੀ ਕਰ ਲਿਆ ਤੇ ਤੁਸੀਂ ਕੋਟਾਂ ਵਿੱਚ ਡੋਮੈਸਟਿਕ ਵਾਇਲੈਂਸ ਵੀ ਕਰ ਲਿਆ ਤੇ ਸਾਡੀਆਂ ਧੀਆਂ ਨੂੰ ਪੜਾਣ ਕੋਈ ਅਰਸ਼ਾ ਉਤਰੇਗਾ ਇੱਕ ਹੋਰ ਮੁੱਦਾ ਵੱਡਾ ਸੀ ਕਿਉਂ ਹੋਇਆ ਉਹਦਾ ਜ਼ਰੂਰ ਜ਼ਿਕਰ ਕਰਨਾ ਚਾਹੁੰਨੀ ਹਾਂ ਹੋਇਆ ਇਸ ਤਰ੍ਹਾਂ ਕਿ ਇੱਕ ਮੈਂ ਆਪਣੇ ਹਸਪੀਟਲ ਦੇ ਵਿੱਚ ਜਨਵਰੀ ਦਾ ਮਹੀਨਾ ਸੀ ਕਾਫੀ ਠੰਡ ਸੀ ਤੇ ਸਾਨੂੰ ਉਦੋਂ ਮਤਲਬ ਹੀਟਰ ਜਿਹੋ ਜਿਹੇ ਵੀ ਮਿਲਦੇ ਨੇ ਸਰਕਾਰੀ ਹਸਪਤਾਲਾਂ ਵਿੱਚ ਉਹ ਇੱਕ ਰੋਡ ਦਾ ਹੀਟਰ ਜਿਸ ਨਾਲ ਕਮਰਾ ਵੀ ਠੰਡਾ ਨਹੀਂ ਸੀ ਹੋ ਗਰਮ ਨਹੀਂ ਸੀ ਹੋ ਰਿਹਾ ਠੰਡ ਵਿੱਚ ਅਸੀਂ ਕੰਬੇ ਬੈਠੇ ਸਾਂ ਤੇ ਉੱਥੇ ਇੱਕ ਔਰਤ ਬੜੀ ਜਿਹਦੇ ਪਾਟੇ ਹੋਏ ਕੱਪੜੇ ਸਨ ਆ ਕੇ ਕਹਿਣ ਲੱਗੀ ਤੁਸੀਂ ਡਾਕਟਰ ਹਰਸ਼ਿੰਦਰ ਹੋ ਮੈਂ ਉਹਨੂੰ ਕਿਹਾ ਹਾਂਜੀ ਮੈਂ ਹੀ ਹਾਂ ਖਬਰਦਾਰ ਜੇ ਅੱਜ ਤੋਂ ਬਾਅਦ ਧੀਆ ਜੰਮਣ ਦਾ ਹੋਕਾ ਦਿੱਤਾ ਲਫ਼ਜ਼ ਬੜੇ ਡੂੰਗੇ ਸਨ ਡੂੰਗੇ ਕੋਈ ਅਰਥ ਵੀ ਰੱਖਦੇ ਨੇ ਪਰ ਮੈਨੂੰ ਇੰਨੀਕ ਸਮਝ ਆ ਗਈ ਸੀ ਕਿ ਇਹਦਾ ਕੋਈ ਜ਼ਖਮ ਬੜਾ ਡੂੰਗਾ ਜੇ ਜਿਹਦੇ ਲਈ ਇਹ ਇੱਥੇ ਪਹੁੰਚੀ ਹੈ ਉਹਨੂੰ ਪੁੱਛਿਆ ਕੀ ਗੱਲ ਹੋਈ ਹੈ ਤਾਂ ਪੁੰਝਈ ਬਹਿ ਗਈ ਉਹਨੂੰ ਬੜਾ ਕਿਹਾ ਵੀ ਉੱਠ ਉੱਤੇ ਆ ਜਾ ਥੱਲੇ ਠੰਡਾ ਫਰਸ਼ ਹੈ ਪਰ ਉਹ ਸੁਣ ਨਹੀਂ ਸੀ ਰਹੀ ਹੌਲੀ ਹੌਲੀ ਚੁੱਪ ਚੁਪੀ ਤੇ ਜਿਵੇਂ ਬੈਠੀ ਫਿਰ ਫਿਸ ਪਈ ਰੋਣ ਲੱਗ ਗਈ ਤੇ ਜਦੋਂ ਬਾਰ ਬਾਰ ਮੈਂ ਪੁੱਛਿਆ ਕਿ ਕੀ ਹੋਇਆ ਦੱਸ ਤਾਂ ਸਹੀ ਜੋ ਉਹਨੇ ਗੱਲ ਕੀਤੀ ਸੱਚ ਦੱਸਦੀਆਂ ਕਿ ਮੈਨੂੰ ਉਹਨੇ ਝੰਜੋੜ ਦਿੱਤਾ ਯਾਨੀ ਇੱਕ ਤਰੀਕੇ ਮੇਰੇ ਲਈ ਇੱਕ ਰਸਤਾ ਕੁਦਰਤ ਨੇ ਹੋਰ ਖੋਲ ਦਿੱਤਾ ਸੀ ਕਿ ਇਹ ਵਿਸ਼ਾ ਤੂੰ ਅਜੇ ਕੰਮ ਕੀਤਾ ਨਹੀਂ ਜੋ ਜ਼ਿਕਰ ਕਰਨ ਲੱਗੀਆਂ ਮੈਂ ਚਾਹੁੰਨੀ ਆ ਵੀ ਜੇ ਕੋਈ ਨੀਂਦਰ ਦੇ ਝੋਂਕੇ ਵਿੱਚ ਵੀ ਹੈ ਤਾਂ ਜਾਗ ਜਾਵੇ ਕਿਉਂਕਿ ਇਹ ਸਾਡੀ ਜ਼ਮੀਰ ਨੂੰ ਹਿਲਾਉਣ ਵਾਲਾ ਜੇ ਉਸ ਮੈਨੂੰ ਕਿਹਾ ਮੇਰੇ ਪਤੀ ਨੇ ਖੁਦਕੁਸ਼ੀ ਕੀਤੀ ਹੈ ਕਰਜ਼ਾ ਚੜਿਆ ਹੋਇਆ ਸੀ ਤੇ ਉਹ ਤਾਂ ਤੁਰ ਗਿਆ ਪਰ ਉਹ ਸਾਹੂਕਾਰ ਜਿੱਥੇ ਸਾਡੇ ਮਗਰ ਜਿਸ ਤਰੀਕੇ ਪਿਆ ਹੋਇਆ ਹੈ ਤਿੰਨ ਮਹੀਨੇ ਹੋ ਗਏ ਨੇ ਮੇਰੇ ਪਤੀ ਨੂੰ ਮਰਿਆ ਤਿੰਨ ਮਹੀਨੇ ਤੋਂ ਹਰ ਰੋਜ਼ ਮੈਨੂੰ ਰਾਤ ਲਈ ਬੁਲਾਉਂਦਾ ਜੇ ਕਿ ਰਾਤ ਮੇਰੇ ਕੋਲ ਕੱਟ ਉਹਦੇ ਪਿੱਛੇ ਮੈਨੂੰ ਫਿਰ ਰੋਟੀ ਮਿਲਦੀ ਜੇ ਉਸ ਦਿਨ ਲਈ 50 ਰੁਪਈਆ ਲਈ ਮੈਨੂੰ ਹਰ ਰੋਜ਼ ਉਹ ਬੁਲਾਉਂਦਾ ਜੇ ਤੇ 50 ਰੁਪਏ ਮਿਲਦਾ ਜੇ ਇਸ ਤਰੀਕੇ ਮੈਂ ਜ਼ਿੰਦਗੀ ਗੁਜ਼ਾਰ ਰਹੀ ਆ ਤੇ ਮੈਂ ਉਹਨੂੰ ਕਿਹਾ ਤਿੰਨ ਮਹੀਨੇ ਬਾਅਦ ਆ ਚਿੱਤ ਆਇਆ ਤੈਨੂੰ ਇੱਥੇ ਆਉਣ ਦਾ ਪਤਾ ਜੇ ਕੀ ਕਹਿਣ ਲੱਗੀ ਮੇਰੀ 12 ਵਰਿਆਂ ਦੀ ਧੀ ਏ ਤੇ ਹੁਣ ਉਹ ਸਾਹੂਕਾਰ ਕਹਿੰਦਾ ਤੇਰੀ ਲੋੜ ਨਹੀਂ ਹੁਣ ਕੱਲ ਤੋਂ ਧੀ ਨੂੰ ਭੇਜੀ ਤੇ ਤਾਂ ਤੈਨੂੰ ਰੋਟੀ ਮਿਲੇਗੀ ਇਹ ਦੂਜਾ ਸੀ ਮੇਰੀ ਜ਼ਿੰਦਗੀ ਦਾ ਮੌਕਾ ਜਦੋਂ ਮੈਨੂੰ ਫਿਰ ਮਹਿਸੂਸ ਹੋਇਆ ਕਿ ਮੈਂ ਖਬਰਾਂ ਬਹੁਤ ਪੜ੍ਹਦੀ ਆ ਸਾਡੇ ਗੁਰਦੁਆਰਾ ਸਹਿਬਾਨ ਬਹੁਤ ਨੇ ਅਸੀਂ ਗੁਰੂ ਸਾਹਿਬ ਦਾ ਨਾਮ ਬਹੁਤ ਉੱਚਾ ਲੈ ਕੇ ਗਏ ਆ ਅਸੀਂ ਲੰਗਰ ਲਾ ਰਹੇ ਆ ਇੰਨਾ ਕਿ ਸਾਡਾ ਜਿਹੜੇ ਰਾਜਾ ਦਈਏ ਸਾਰਿਆਂ ਨੂੰ ਫਿਰ ਵੀ ਸਾਡਾ ਬਚ ਜਾਂਦਾ ਜੇ ਤੇ ਸਾਡੀਆਂ ਇਹ ਤੀਆਂ ਕਿਉਂ ਜਿਸਮ ਵੇਚਣ ਨੂੰ ਮਜਬੂਰ ਨੇ ਇਹ ਤੀਆਂ ਜਿਹੜੀਆਂ ਸਿਰਫ 50 50 ਰੁਪਈਆ ਲਈ ਸਾਡੀਆਂ ਨਾਬਾਲਗ ਤੀਆਂ ਵਿਕਣ ਤਾਂ ਇਹ ਗਿਣਤੀ ਹਜ਼ਾਰਾਂ ਵਿੱਚ ਜੇ ਜਿਹੜੇ ਖੁਦਕੁਸ਼ੀ ਕਰ ਚੁੱਕੇ ਕਿਸਾਨ ਨੇ ਇਸੇ ਲਈ ਸ਼ੁਰੂ ਕੀਤਾ ਅਸੀਂ ਕੰਮ ਡਾਕਟਰ ਹਰਸ਼ ਚੈਰੀਟੇਬਲ ٹرسٹ ਕਿ ਜਿਹੜੀਆਂ ਧੀਆਂ ਇਸ ਤਰੀਕੇ ਦੀਆਂ ਜਿਨ੍ਹਾਂ ਦੇ ਪਿਤਾ ਨਹੀਂ ਨੇ ਖੁਦਕੁਸ਼ੀ ਕਰ ਗਏ ਨੇ ਜਿਨ੍ਹਾਂ ਦੇ ਕੋਈ ਕੈਂਸਰ ਨਾਲ ਮੌਤ ਹੋਈਏ ਜਾਂ ਜਿਨ੍ਹਾਂ ਦੇ ਮਾਪਿਓ ਦੋਵੇਂ ਖੁਦਕੁਸ਼ੀ ਕਰ ਚੁੱਕੇ ਨੇ ਉਹਨਾਂ ਦੀ ਪੜ੍ਹਾਈ ਦਾ ਜ਼ਿੰਮਾ ਅਸੀਂ ਚੁੱਕਦੇ ਹਾਂ ਤਾਂ ਕਿ ਉਹ ਆਪਣਾ ਜਿਸਮ ਵੇਚਣ ਉੱਤੇ ਮਜਬੂਰ ਨਾ ਹੋਣ ਪੜ੍ਹ ਲੈਣ ਆਪਣੇ ਪੈਰਾਂ ਤੇ ਖੜੀਆਂ ਹੋਣ ਤਾ ਜੋ ਅਸੀਂ ਇੱਕ ਕੋਸ਼ਿਸ਼ ਇਹ ਕਰ ਸਕੀਏ ਕਿ ਇਹਨਾਂ ਨੂੰ ਜਿੰਨਾ ਕੁ ਵੀ ਬਚਾ ਸਕਦੇ ਆ ਬਚਾਈਏ ਸੋ ਸਟਰਸਟ ਦੀਨ ਅਸੀਂ 20 ਕੁੜੀਆਂ ਤੋਂ ਸ਼ੁਰੂ ਕੀਤਾ ਸੀ ਤੇ ਅੱਜ ਵਾਹਿਗੁਰੂ ਦੀ ਮਿਹਰ ਹੈ ਉਹੀ ਦੇਣ ਸਾਡੇ ਦੇਣ ਜੋਗਾ ਕੰਮ ਕਰਾ ਸਕਦਾ ਹੈ ਵਰਨਾ ਅਸੀਂ ਕੀ ਸ਼ੈ ਆ ਉਸੇ ਦਾ ਦਿੱਤਾ ਹੀ ਖਾ ਰਹੇ ਆ ਸੋ ਅੱਜ 413 ਤੀਆਂ ਨੇ ਸਾਡੇ ਕੋਲ ਜਿਹੜੀਆਂ ਆਪੋ ਆਪਣੇ ਘਰਾਂ ਵਿੱਚ ਨੇ ਜਿਨ੍ਹਾਂ ਦੇ ਕੋਈ ਦਾਦੀ ਕੋਲ ਰਹਿ ਰਹੀ ਏ ਕੋਈ ਮਾਸੀ ਕੋਲ ਕੋਈ ਪੂਆ ਕੋਲ ਇਸ ਤਰ੍ਹਾਂ ਉਹ ਰਹਿ ਰਹੀਆਂ ਨੇ ਜਿੱਥੇ ਉਹਨਾਂ ਦੀ ਸਕੂਲਾਂ ਦੀ ਫੀਸ ਪਹੁੰਚ ਜਾਂਦੀ ਏ ਤਾਂ ਕਿ ਉਹ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੀਆਂ ਰਹਿਣ ਭਾਰ ਨਾ ਮੰਨੀਆਂ ਜਾਣ ਤੇ ਨਾ ਇਸ ਤਰੀਕੇ ਉਹ ਰੋਲਣ ਤਾਂ ਕਿ ਉਹ ਆਪਣੀ ਪੜ੍ਹਾਈ ਜਾਰੀ ਕਰ ਸਕਣ ਪੈਰਾਂ ਤੇ ਖੜ੍ਹੀਆਂ ਹੋ ਸਕਣ ਅਣਖ ਨਾਲ ਜੀ ਸਕਣ ਸੋ ਇੱਕ ਜਿਵੇਂ ਕਹਿ ਸਕਦੇ ਹੋ ਕਿ ਨੁਕਸ ਤੋਂ ਦੂਜੇ ਤੋਂ ਤੀਜਾ ਤੋਂ ਚੌਥਾ ਇਤਰੀ ਜਾਣਿਆ ਪਰ ਫਿਰ ਵੀ ਇਸ ਔਖਿਆਈ ਦੇ ਵਿੱਚ ਬੜੇ ਅਜੀਬ ਜਿਹੇ ਕਿੱਸੇ ਹੋ ਜਾਂਦੇ ਨੇ ਕਈ ਵਾਰ ਮੈਂ ਇੱਕ ਜ਼ਿਕਰ ਹੋਰ ਜੇ ਸਮਾਂ ਇਜਾਜ਼ਤ ਦਵੇ ਤਾਂ ਜ਼ਰੂਰੀ ਇੱਕ ਹੋਰ ਦੱਸਣਾ ਚਾਹਨੀ ਆ ਤੁਸੀਂ ਉਹਨੂੰ ਭਾਵੇਂ ਤਕਰਾਮਾਤ ਗਿਣ ਲਓ ਤੇ ਭਾਵੇਂ ਕੋਈ ਚਾਂਸ ਗਿਣ ਲਓ ਜੋ ਵੀ ਕਹਿਣਾ ਚਾਹਦੇ ਹੋ ਪਰ ਮੇਰੀ ਜ਼ਿੰਦਗੀ ਦੀ ਅਸਲੀਅਤ ਹੈ ਜੋ ਵਾਪਰੀ ਹੈ ਸਾਡੇ ਘਰ ਦੁਪਹਿਰ ਵੇਲੇ 2:30 ਦਾ ਸਮਾਂ ਹੋਣਾ ਤੇ ਆ ਕੇ ਇੱਕ ਬਜ਼ੁਰਗ ਔਰਤ ਸੀ ਜੋ ਦੋ ਬੱਚੀਆਂ ਨੂੰ ਲੈ ਕੇ ਸਾਡੇ ਕੋਲ ਪਹੁੰਚੀ ਹੋਇਆ ਇਹ ਸੀ ਕਿ ਉਹਦੇ ਮਾਂ ਤੇ ਪਿਓ ਦੋਵਾਂ ਨੇ ਖੁਦਕੁਸ਼ੀ ਕਰ ਲਈ ਸੀ ਉਹ ਦਾਦੀ ਬੜੀ ਰੋ ਪਿਟ ਰਹੀ ਸੀ ਕਿ ਮੇਰੇ ਕੋਲ ਕੁਝ ਵੀ ਨਹੀਂ ਹੈ ਤੇ ਮੇਰਾ ਤਾਂ ਜਵਾਨ ਪੁੱਤਰ ਵੀ ਗਿਆ ਤੇ ਮੇਰੇ ਕੋਲ ਹੁਣ ਕੋਈ ਜ਼ਰੀਆ ਨਹੀਂ ਤੇ ਇਹਨਾਂ ਦੀ ਫੀਸ ਭਰ ਦਿਓ ਮੇਰੇ ਕੋਲ ਉਦੋਂ ਜਿੰਨੀਆਂ ਖੁਣ ਬੱਚੀਆਂ ਸੀ ਮੈਂ ਨਾ ਕੀਤੀ ਕਿ ਮੇਰੇ ਕੋਲ ਹੋਰ ਮਾਇਆ ਹੈ ਨਹੀਂ ਤੇ ਮੈਂ ਗੋ ਮੇਰੇ ਵਸਦਾ ਨਹੀਂ ਹੈ ਪੜਾਉਣਾ ਪਰ ਦਿਲ ਜਿਵੇਂ ਚੀਸ ਜਿਹੀ ਉੱਠਦੀ ਸੀ ਕਿ ਮੈਂ ਨਾ ਕਰ ਰਹੀਆਂ ਲੋੜਵੰਦ ਵੀ ਨੇ ਕਿਸ ਨੂੰ ਆਖਾਂ ਕਿੱਥੋਂ ਆਏਗਾ ਪਰ ਮੇਰੇ ਵੀ ਹੱਥ ਵਸ ਨਹੀਂ ਕੁਝ ਨਹੀਂ ਕਰ ਸਕਦੇ ਚਾਹ ਬਣਾਉਣ ਲਈ ਉਹਦੇ ਲਈ ਉੱਤੇ ਗਈ ਸਾਂ ਕਿ ਮੈਂ ਉਹਨੂੰ ਦਿਆਂ ਓਨੀ دیر ਵੀ ਕੋਈ ਆਸਰਾ ਕੋਈ ਹੌਸਲਾ ਵੀ ਮੈਂ ਹੁਣ ਨਾ ਕਰਕੇ ਜਾ ਰਹੀਆਂ ਕੋਈ ਜ਼ਰੀਆ ਨਹੀਂ ਅਜੇ ਚਾਹ ਬਣਾਈ ਵੀ ਨਹੀਂ ਸੀ ਕਿ ਘੰਟੀ ਵੱਜੀ ਬੱਲ ਵੱਜੀ ਤੇ ਮੈਂ ਬਾਹਰ ਆਈ ਤੇ ਕੋਈ ਖੜੇ ਸਨ ਨੌਜਵਾਨ ਪੁੱਛਿਆ ਕੌਣ ਹੋ ਉਸਕਾ ਮੈਂ ਆਇਆ ਇੱਥੇ ਕੋਈ ਹਰਸ਼ਿੰਦਰ ਰੰਧੀ ਜੇ ਮੈਂ ਕਿਹਾ ਹਾਂ ਜੀ ਮੈਂ ਹੀ ਆ ਤੇ ਮੈਂ ਇੱਥੇ ਪਤਾ ਲੱਗਿਆ ਕੋਈ ਟਰਸਟ ਹੈ ਤੇ ਮੈਂ ਉਹਦੇ ਲਈ ਪੈਸੇ ਦੇਣ ਆ ਮੈਂ ਉਹਨਾਂ ਨੂੰ ਪੁੱਛਿਆ ਤੁਸੀਂ ਮੈਨੂੰ ਜਾਣਦੇ ਕਹਿੰਦੇ ਨਹੀਂ ਜੀ ਮੈਂ ਤੇ ਆਪ ਨਹੀਂ ਜਾਣਦੀ ਤੁਸੀਂ ਹੋ ਕੌਣ ਜ਼ਰਕ ਤੁਸੀਂ ਦੇਖਿਓ ਕਿਵੇਂ ਇਨਸਟੈਂਸ ਜੁੜਦਾ ਜੇ ਇਨੂੰ ਜੋ ਵੀ ਕਿਰਪਾ ਕਹਿਣੀ ਚਾਹੁੰਦੇ ਹੋ ਜਾਂ ਜੋ ਨਾਮ ਦੇਣਾ ਚਾਹੁੰਦੇ ਹੋ ਤੁਹਾਡੇ ਸਿਰ ਤੇ ਕਹਿਣ ਲੱਗੇ ਜੀ ਮੈਂ ਲੰਡਨ ਤੋਂ ਆਇਆ ਤੇ ਮੈਂ ਆਇਆ ਪੈਸੇ ਦੇਣ ਉੱਥੇ ਪਿੰਗਲਵਾੜੇ ਅੰਮ੍ਰਿਤਸਰ ਹੰਬਾਲੇ ਤੋਂ ਪਹਿਲਾਂ ਮੇਰੇ ਨਾਲ ਦੀ ਸੀਟ ਤੇ ਬੈਠਾ ਬੰਦਾ YouTube ਤੇ ਖੋਲ ਕੇ ਇਹ ਦੇਖ ਰਿਹਾ ਸੀ ਇੱਕ ਪ੍ਰੋਗਰਾਮ ਜਿਹਦੇ ਵਿੱਚ ਡਾਕਟਰ ਹਰਸ਼ ਚੈਰੀਟੇਬਲ ਟਰਸਟ ਦਾ ਜ਼ਿਕਰ ਸੀ ਮੈਂ ਦੇਖਿਆ ਤੇ ਮੇਰਾ ਦਿਲ ਐਵੇਂ ਲੱਗਿਆ ਕਿ ਉੱਥੇ ਮੈਂ ਪਿਛਲੇ ਸਾਲ ਵੀ ਦੇ ਆਇਆ ਸਾਂ ਅੱਜ ਇੱਧਰ ਦੇ ਆਉਣਾ ਉਹ ਉੱਥੋਂ ਬਸ ਤੋਂ ਉਤਰ ਕੇ ਤੇ ਇੱਥੇ ਸਾਡੇ ਘਰ ਆਇਆ ਮੈਂ ਆਪ ਹੈਰਾਨ ਸਾਂ ਕਿ ਇਹੋ ਜਿਹੇ ਵਾਕਿਆ ਨੂੰ ਕਹਿਣਾ ਕੀ ਚਾਹੀਦਾ ਕਿ ਮੈਂ ਤੇ ਅਜੇ ਹੁਣ ਕਹਿ ਕੇ ਹਟੀਆਂ ਕੇ ਦੋ ਧੀਆਂ ਲਈ ਮੇਰੇ ਕੋਲ ਹੈ ਨਹੀਂ ਮੈਂ ਕਿਹਾ ਜੀ ਆਮੋ ਸਾਹਮਣੇ ਹੋ ਜਾਓ ਤਾਂ ਕਿ ਕੋਈ ਗਵਾਹ ਮੇਰੇ ਕੋਲ ਵੀ ਕਦੇ ਹੋਏਗਾ ਕਿ ਮੇਰੇ ਕੋਲ ਨਹੀਂ ਸੀ ਪੈਸੇ ਪਰ ਕਿਸ ਤਰੀਕੇ ਉਸ ਗਰੂਹ ਨੇ ਭੇਜਿਆ ਹੋਣਾ ਕਿਸ ਜ਼ਰੀਏ ਜਿਹੜਾ ਮੈਨੂੰ ਜਾਣਦਾ ਨਹੀਂ ਮੈਂ ਉਹਨੂੰ ਜਾਣਦੀ ਨਹੀਂ ਤੇ ਇੱਕ YouTube ਤੇ ਦੇਖ ਕੇ ਬੰਦਾ ਉੱਥੇ ਪਹੁੰਚ ਗਿਆ ਉਹ 3 ਦੋਨੋਂ ਮੇਰੇ ਕੋਲ ਤਸਵੀਰ ਵੀ ਐ ਉਹ ਐਸ ਵੇਲੇ ਸਾਡੀ ਟਰਸਟ ਚ ਹੀ ਲੈ ਰਹੀਆਂ ਨੇ ਸੋ ਮੈਂ ਸਿਰਫ ਇਹ ਕਮਾਲੀ ਸ਼ੇਅਰ ਕਰਨਾ ਚਾਹੁੰਦੀ ਸਾਂ ਕਿ ਜਦੋਂ ਸਹੀ ਮਨ ਨਾਲ ਕੋਈ ਕੰਮ ਕਰਨ ਤੁਰਿਏ ਜਿੰਨੀਆਂ ਵੀ ਮਰਜ਼ੀ ਔਕੜਾਂ ਆਉਂਦੀਆਂ ਹੋਣ ਪਰ ਸਫਲਤਾ ਜ਼ਰੂਰ ਹਾਸਲ ਹੁੰਦੀ ਜੇ ਕਿਸਮਤ ਹੀ ਕਹਿ ਸਕਦੀਆਂ ਕਿ ਹਰ ਪਰ ਵਰਗਾ ਬੰਦਾ ਕੈਨੇਡਾ ਚ ਮੈਨੂੰ ਉਸ ਵੇਲੇ ਬੁਲਾ ਕੇ ਕਵੇ ਕਿ ਸਾਡੇ ਬ੍ਰੈਂਪਟਨ ਵਿੱਚ ਗਿਣਤੀ ਘਟੇ ਇੱਥੇ ਵੀ ਆ ਕੇ ਕੰਮ ਕਰੋ ਸੋ ਕੀਤਾ ਤੇ ਉਹਦੇ ਬਦਲੇ ਉਹਨਾਂ ਨੇ ਲਾਈਫਟਾਈਮ ਅਚੀਵਮੈਂਟ ਅਵਾਰਡ ਮੈਨੂੰ ਕੈਨੇਡਾ ਦੀ ਪਾਰਲੀਮੈਂਟ ਵਿੱਚ ਵੀ ਦਿੱਤਾ ਮੈਂ ਸ਼ੁਕਰੀ ਕਰ ਸਕਦੀਆਂ ਵਾਹਿਗੁਰੂ ਦਾ ਤੇ ਮੈਂ ਇਸ ਤੋਂ ਬਾਅਦ ਸਮਾਂ ਵੀ ਤੁਹਾਡਾ ਨਹੀਂ ਲੈਣਾ ਪਰ ਮੈਂ ਕੁਝ ਸ਼ੇਅਰ ਜ਼ਰੂਰ ਕਿਉਂਕਿ ਮੈਂ ਗੱਲ ਦਰਦ ਬੀੜ ਜੋ ਔਰਤ ਦੀ ਹਮੇਸ਼ਾ ਜ਼ਿਕਰ ਕਰਦੀ ਆ ਕਿ ਔਕੜਾਂ ਬਹੁਤ ਨੇ ਬੜੇ ਹੋਰ ਵੀ ਪ੍ਰੋਗਰਾਮ ਨੇ ਜਿਨ੍ਹਾਂ ਚ ਕਰਨੀ ਜੇ ਪਰ ਇੱਕ ਕਵਿਤਾ ਛੋਟੀ ਜੀ ਜ਼ਰੂਰ ਸ਼ੇਅਰ ਕਰਨਾ ਚਾਹੁੰਦੀ ਆ ਮੈਂ ਔਰਤ ਨਹੀਂ ਅੱਧੇ ਅੰਗਾਂ ਵਾਲੀ ਮੈਂ ਔਰਤ ਨਹੀਂ ਅੱਧੇ ਅੰਗਾਂ ਵਾਲੀ ਮੈਂ ਔਰਤ ਹਾਂ ਬਾਣੀ ਨਾਨਕ ਵਾਲੀ ਮੈਂ ਅੱਧੀ ਅਧੂਰੀ ਕਹਾਣੀ ਨਹੀਂ ਮੈਂ ਅੱਧੀ ਅਧੂਰੀ ਕਹਾਣੀ ਨਹੀਂ ਮੈਂ ਕਰਦੀ ਸਵਾਰੀ ਸ਼ੇਰਾਂ ਵਾਲੀ ਮੈਂ ਬੰਦਾ ਬਹਾਦਰ ਨੂੰ ਪਾਲਣ ਵਾਲੀ ਮੈਂ ਚੰਡੀ ਹਾਂ ਮੈਂ ਹਮਾ ਕਾਲੀ ਮੈਂ ਔਰਤ ਨਹੀਂ ਅੱਦੇ ਅੰਗਾਂ ਵਾਲੀ ਮੈਂ ਔਰਤਾਂ ਬਾਣੀ ਨਾਨਕ ਵਾਲੀ ਮੈਂ ਕੋਈ ਨਾਜ਼ੁਕ ਜਿਸਮ ਨਹੀਂ ਮੈਂ ਜੰਮੇ 92 ਦੋਤਾਰੀ ਮੈਂ ਅਬਲਾ ਹੁਣ ਕਹੋਣਾ ਨਹੀਂ ਮੈਂ ਸਬਲਾ ਹਾਂ ਟੁੱਟੀ ਗੰਡਣ ਵਾਲੀ ਮੈਂ ਔਰਤ ਨਹੀਂ ਅੱਦੇ ਅੰਗਾ ਵਾਲੀ ਮੈਂ ਔਰਤ ਹਾਂ ਬਾਣੀ ਨਾਨਕ ਵਾਲੀ ਸਿਰਫ ਕਵਿਤਾ ਦਾ ਸੂਖਮ ਬੋਲ ਨਹੀਂ ਸਿਰਫ ਕਵਿਤਾ ਦਾ ਸੂਖਮ ਬੋਲ ਨਹੀਂ ਮੈਂ ਦੁਰਗਾ ਹਾਂ ਦੁਸ਼ਟ ਮਾਰਨ ਵਾਲੀ ਨਾ ਜਾਣਾ ਆਪਾਂ ਕਿਵੇਂ ਵਾਰਨਾ ਮੈਂ ਗੁਜਰੀ ਦੀ ਵਾਰਸ ਕੁਲ ਤਾਰਨ ਵਾਲੀ ਮੈਂ ਔਰਤ ਨਹੀਂ ਅੱਧੇ ਅੰਗਾਂ ਵਾਲੀ ਮੈਂ ਔਰਤਾਂ ਬਾਣੀ ਨਾਨਕ ਵਾਲੀ ਮੇਰਾ ਹਿਰਦਾ ਅਥਾ ਮੇਰਾ ਹਿਰਦਾ ਅਥਾ ਮੈਂ ਕਰਦੀ ਖਿਮਾ ਮੈਂ ਮਾਂ ਹਾਂ ਠੰਡੀ ਛਾਂ ਵਾਲੀ ਮੈਂ ਕਮਜ਼ੋਰ ਨਾਰੀ ਵਿਚਾਰੀ ਨਹੀਂ ਮੈਂ ਸ਼ਮਸ਼ੀਰ ਰਾਖਸ਼ ਮਿਟਾਉਣ ਵਾਲੀ ਮੈਂ ਔਰਤ ਨਹੀਂ ਅੱਧੇ ਅੰਗਾਂ ਵਾਲੀ ਮੈਂ ਔਰਤਾਂ ਬਾਣੀ ਨਾਨਕ ਵਾਲੀ ਜਦ ਵੀ ਪੁੱਤਰਾਂ ਤੇ ਹੈ ਭੀੜ ਪਈ ਜਦ ਵੀ ਪੁੱਤਰਾਂ ਤੇ ਹੈ ਭੀੜ ਪਈ ਮੈਂ ਭਾਗੋ ਬਣੀ ਜਾਨਵਾਰਣ ਵਾਲੀ ਗੋਦੀ ਬਾਲ ਪਏ ਨੇਜ਼ਿਆਂ ਨਾਲ ਵਿਣਾ ਮੈਂ ਜ਼ੁਲਮਾਂ ਤੋਂ ਨਾ ਹਾਰਣ ਵਾਲੀ ਮੈਂ ਔਰਤ ਨਹੀਂ ਅੱਧੇ ਅੰਗਾ ਵਾਲੀ ਮੈਂ ਔਰਤਾਂ ਬਾਣੀ ਨਾਨਕ ਵਾਲੀ ਮੈਂ ਬੁੱਧ ਵੀ ਜੰਮਿਆ ਮੈਂ ਬੁੱਧ ਵੀ ਜੰਮਿਆ ਤੇ ਜੰਮੇ ਨੇ ਤੇ ঈਸਾ ਮਸੀ ਮੈਂ ਬੁੱਧ ਵੀ ਜੰਮਿਆ ਤੇ ঈਸਾ ਮਸੀ حضرت محمد ਤੇ ਜੰਮੇ ਨੇ ਸ਼ੀ ਕ੍ਰਿਸ਼ਨ ਨੂੰ ਜੋ ਹੈ ਜੰਮਣ ਵਾਲੀ ਕਿੰਜ ਹੋ ਸਕਦੀ ਹੈ ਅੱਧੇ ਅੰਗਾਂ ਵਾਲੀ ਮੈਂ ਔਰਤ ਨਹੀਂ ਅੱਧੇ ਅੰਗਾਂ ਵਾਲੀ ਮੈਂ ਔਰਤਾਂ ਬਾਣੀ ਨਾਨਕ ਵਾਲੀ ਮੈਂ ਅੱਧੇ ਅੰਗ ਇਸ ਕਰਕੇ ਕਿਹਾ ਕਿ ਅੱਜ ਦੇ ਦਿਨ ਵੀ ਸਾਨੂੰ ਲੋਕ ਅਰਧਾਂਗਣੀ ਕਹਿੰਦੇ ਨੇ ਯਾਨੀ ਅੱਧੇ ਅੰਗਾਂ ਵਾਲੀ ਮੈਂ ਇਕੱਲੀ ਔਰਤ ਖੜੇ ਹੁੰਦਿਆਂ ਹੋਇਆਂ ਇਹ ਬਗਾਵਤੀ ਸੁਰ ਨਾਲ ਹੀ ਅੰਤ ਕਰਾਂਗੀ ਆਪਣੇ ਲੈਕਚਰ ਦਾ ਕਿ ਮੈਂ ਅਧੀ ਨਹੀਂ ਹਾਂ ਪਰ ਅੱਜ ਜੇ ਸੰਪੂਰਨ ਆਪਣੇ ਪਤੀ ਕਰਕੇ ਡਾਕਟਰ ਗੁਰਪਾਲ ਕਰਕੇ ਜਿਨ੍ਹਾਂ ਨੇ ਪੂਰੇ ਇਸ ਰਸਤੇ ਵਿੱਚ ਇਸ ਦੌਰ ਵਿੱਚ ਮੇਰਾ ਸਾਥ ਲਗਾਤਾਰ ਦਿੱਤਾ ਹੈ ਸੋ ਮੈਂ ਆਪਣੇ ਨਾਲ ਚਾਹਨੀ ਆ ਗੁਰਪਾਲ ਕਿ ਇਹਨਾਂ ਦੇ ਲਈ ਜ਼ਰੂਰ ਤੁਸੀਂ ਧੰਨਵਾਦ ਕਰ ਦੇਣਾ ਬਹੁਤ ਸ਼ੁਕਰੀਆ ਇੱਕ ਅਖੀਰ ਵਿੱਚ ਮੈਂ ਮੁਬਾਰਕਬਾਦ ਦੇਣਾ ਚਾਹੁੰਨੀ ਆ ਮੈਨੂੰ ਸਰਬਜੀਤ ਭਾਜੀ ਨੇ ਹੁਣੇ ਦੱਸਿਆ ਕਿ ਤੁਸੀਂ ਇੱਥੇ 550 ਸਾਲ ਤੇ ਇਸ ਵੇਲੇ ਦਰਖਤ ਜੋ ਲਾ ਰਹੇ ਹੋ ਟਰੀ ਪਲਾਂਟੇਸ਼ਨ ਕੰਗ੍ਰੈਚੁਲੇਸ਼ਨਸ ਤੁਸੀਂ ਸੱਚਮੁੱਚ ਮਾਣੋ ਸਾਡੇ ਸਾਰਿਆਂ ਦਾ ਜੋ ਇਹਨਾਂ ਮੁਲਕਾਂ ਵਿੱਚ ਬੈਠ ਕੇ ਗੁਰੂ ਦੀ ਸੋਚ ਇੰਨੀ ਉੱਚੀ ਤਰੀਕੇ ਇੰਨੀ ਸੁੱਚੇ ਤਰੀਕੇ ਸਾਰੀ ਪੁਚਾ ਰਹੇ ਹੋ ਕਿ ਜੋ ਇਹਨਾਂ ਮੁਲਕਾਂ ਵਿੱਚ ਚੰਡਾ ਬਰਦਾਰ ਤੁਸੀਂਓ ਸਾਡੇ ਜਿੱਥੇ ਨਾ ਸਿਰਫ ਪੋਲਿਟਿਕਲੀ ਨਾ ਉਧਰੋਂ ਤੁਸੀਂ ਜੇ ਦੇਖੋ ਸਪੋਰਟਸ ਵੱਲੋਂ ਡਾਕਟਰੀ ਕਿੱਤੇ ਵੱਲੋਂ ਇੰਜੀਨੀਅਰਿੰਗ ਵੱਲੋਂ ਬਿਜ਼ਨਸ ਵੱਲੋਂ ਕਮਾਲ ਬਾ ਕਮਾਲ ਤੁਸੀਂ ਚੜ੍ਹਦੀਆਂ ਕਲਾ ਵਿੱਚ ਰਹੋ ਕਿਉਂਕਿ ਤੁਹਾਡੇ ਜੋ ਇਸ ਤਰੀਕੇ ਦੇ ਅਗਾਹ ਵਧਣਾ ਹੈ ਅਸੀਂ ਉੱਥੇ ਬੈਠੇ ਆਪਣੇ ਪਿੰਡਾਂ 'ਚ ਬਹੁਤ ਖੁਸ਼ ਹੋ ਜਾਂਦੇ ਆ ਕਿ ਸਾਡੇ ਵੀਰ ਚੜ੍ਹਦੀ ਕਲਾ 'ਚ ਨੇ ਬਲੰਦੀਆਂ ਹੋਰ ਮਾਣੋ ਬਹੁਤ ਧੰਨਵਾਦ ਡਾਕਟਰ ਹਰਸ਼ਵਿੰਦ ਜੀ ਤੁਹਾਡਾ ਫੇ ਬਹੁਤ ਬਹੁਤ ਧੰਨਵਾਦ ਤੇ ਜਿਹੜੀ ਆਖਰੀ ਇਹਨਾਂ ਨੇ ਗੱਲ ਕੀਤੀ ਹੈ ਹੁਣ ਮੇਰਾ ਖਿਆਲ ਸਾਨੂੰ ਆਪਣੀ ਚੁੱਪ ਜਿਹੜੀ ਹੈ ਉਹ ਤੋੜਨੀ ਪੈਗੀ ਇਹ ਨਾ ਕਹੀਏ ਕਿ ਹਾਂ ਉਹ ਫਲਾਨਾ ਕਰ ਦੇਗਾ ਉਹ ਫਲਾਨਾ ਕਰ ਦੇਗਾ ਇਹ ਮੇਰਾ ਖਿਆਲ ਹੁਣ ਕੰਮ ਸਾਨੂੰ ਆਪ ਹੀ ਕਰਨਾ ਪਵੇਗਾ ਇਸ ਲਈ ਅੱਗੇ ਆਓ ਤੇ ਜਿਹੜੀ ਇਹਨਾਂ ਨੇ ਲੱਛਰ ਗੀਤਾਂ ਦੀ ਗੱਲ ਕਰਦੀ ਕੀਤੀ ਹੈ ਉਹ ਵੀ ਸਿੱਖ ਚੈਨਲ ਤੋਂ ਬਹੁਤ ਸਾਲ ਪਹਿਲਾਂ ਅਸੀਂ ਇਹ ਗੱਲ ਕੀਤੀ ਸੀ ਅਸੀਂ ਕਹਿੰਦੇ ਆ ਆਪਣਾ ਕਲਚਰ ਉਹ ਕਲਚਰ ਤਾਂ ਪਤਾ ਨਹੀਂ ਕਿਸੇ ਜਰੀਏ ਲੱਚਰ ਹੀ ਰਹਿ ਗਿਆ ਸੋ ਇਸ ਲਈ ਉਹਦੀ ਵੀ ਬੜੀ ਗੱਲ ਕੀਤੀ ਹੈਗੀ ਹੈ ਤੇ ਮੈਨੂੰ ਇਹ ਵੀ ਕਹਿਣ ਤੋਂ ਗੁਰੇਜ਼ ਨਹੀਂ ਡਾਕਟਰ ਧਨੀਰਵਰ ਕਰਨਾਟਕਾ ਤੋਂ ਆਇਆ ਸੋ ਇਸ ਵੇਲੇ ਆਪਣੇ ਸਿਰ ਤੇ ਬੋਰ ਚੱਕੀ ਫਿਰਦਾ ਊੜਾਣਾ ਲੈ ਕੇ ਵੀ ਪੰਜਾਬੀ ਤੇ ਜਿਹੜੇ ਉਹ ਲੱਚਰ ਗੀਤ ਗਾਉਣ ਵਾਲੇ ਉਹਨਾਂ ਨੂੰ ਕਹਿੰਦਾ ਕਿ ਕੋਰਟਾਂ ਦੇ ਵਿੱਚ ਉਹਨੇ ਕੋਰਟਾਂ ਦੇ ਨੋਟਿਸ ਦਿੱਤੇ ਉਹਨਾਂ ਨੂੰ ਤੇ ਫਿਰ ਮੈਨੂੰ ਕਈ ਵਾਰੀ ਸ਼ਰਮ ਵੀ ਆਉਂਦੀ ਹੈ ਵੀ ਪੰਜਾਬੀ ਉਹ ਤੁਸੀਂ ਕਿੱਥੇ ਹੋ ਤੇ ਜਿਵੇਂ ਭੈਣ ਮੇਰੀ ਇਹ ਕਹਿ ਰਹੀ ਹੈ ਨਾ ਕਿ ਹਾਂ ਚੁੱਪ ਜਿਹੜੀ ਹੈ ਇਹਨੂੰ ਤੋੜੋ ਤੇ ਤੁਸੀਂ ਕਿੱਥੇ ਹੋ ਅੱਜ ਅਫਗਾਨੀ ਮੇਰਾ خیال ਅਸੀਂ ਇੱਕ ਅਫਗਾਨੀ ਦੀ ਗੱਲ ਕਰਦੇ ਸੀ ਹੁਣ ਮੇਰੇ ਕੋਲ ਪੰਜਾਬ ਦੇ ਕਿੰਨੇ ਕ ਅਫਗਾਨੀ ਹੈ ਉਹ ਕਿਹੜੀ ਸ਼ਕਲ ਦੇ ਵਿੱਚ ਹੈ ਉਹ ਸਾਰਿਆਂ ਨੂੰ ਦਿਖ ਰਿਹਾ ਸੋ ਅੱਜ ਦਾ ਲੈਕਚਰ ਜਿਹੜਾ ਹੈ ਚੁੱਪ ਦੀ ਚੀਖ ਲੈ ਕੇ ਆਏ ਹਾਂ ਹਾਂਜੀ ਇਹਨਾਂ ਦੀ ਕਿਤਾਬ ਹੈ ਚੁੱਪ ਦੀ ਚੀਖ ਜੇ ਦਿੱਤੀ ਮੈਂ 10 ਪ੍ਰੋਗਰਾਮ ਸਿੱਖ ਚੈਨਲ ਤੇ ਕੀਤੇ ਸੀ ਤੇ ਹੁਣ ਉਹ ਚੁੱਪ ਦੀ ਚੀਖ ਜਿਹੜੀ ਹੈ ਉਹ ਬਾਲੀਵੁੱਡ ਵਾਲੇ ਨਹੀਂ ਹਾਲੀਵੁੱਡ ਵਾਲੇ ਫਿਲਮ ਬਣਾ ਰਹੇ ਨੇ ਉਹਦੇ ਤੇ ਤੇ ਤਾਂ ਕਿ ਜੋ ਇਹ ਬੱਚਿਆਂ ਦੀ ਆਵਾਜ਼ ਹੈ ਇਹ ਜਿਹੜੀ ਚੁੱਪ ਦੇ ਵਿੱਚ ਉਹ ਤੜਪ ਰਹੀਆਂ ਨੇ ਉਹਨਾਂ ਦੇ ਉੱਤੇ ਉਹ ਫਿਲਮ ਬਣਾਈ ਜਾ ਰਹੀ ਹੈ ਉਹ ਕਿਤਾਬ ਇਹਨਾਂ ਦੀ ਲਿਖੀ ਹੋਈ ਹੈ ਅਗਰ ਉਹ ਕਿਸੇ ਨੂੰ ਚਾਹੀਦੀ ਹੋਵੇ ਤੇ ਥੋੜੀ ਜਿਹੀ ਕਿਉਂਕਿ ਉਹ ਪੈਸੇ ਜਿਹੜੇ ਕਿਤਾਬ ਦੇ ਉਹ ਇਹਨਾਂ ਦੇ ਚੈਰੀਟੇਬਲ ਟਰਸਟ ਦੇ ਵਿੱਚ ਹੀ ਜਾਣੇ ਨੇ ਤੇ ਉਹ ਕਿਸੇ ਨੂੰ ਚਾਹੀਦੇ ਹੋ ਸਾਡੇ ਕੋਲ ਮਰਕਲ ਪੰਜ 6 ਕਿਤਾਬਾਂ ਹੋਣੀਆਂ ਤੇ ਉਹ ਕਿਸੇ ਨੂੰ ਚਾਹੀਦੀ ਹੋਵੇ ਤੇ ਜਰੂਰ ਮੈਨੂੰ ਦੱਸ ਦੇਵੇ ਤੇ ਮੈਂ ਉਹ ਕਿਤਾਬ ਤੁਹਾਨੂੰ ਦੇ ਦੇਵਾਂਗਾ ਤੇ ਇਸ ਲਈ ਇੱਥੇ ਮੈਂ ਪ੍ਰਬੰਧਕਾਂ ਦਾ ਸਰਜੀਤ ਹਰਣ ਦਾ ਤੇ ਜਰਨੈਲ ਸਿੰਘ ਦੇ ਖਾਸ ਕਰਕੇ ਜਿਹੜੇ ਇਹਨਾਂ ਦੇ ਕਾਫੀ ਸਰਜੀਤ ਹਰਣ ਨਾਲ ਲੀਏਜ਼ ਕਰਕੇ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਲੀਕ ਹੈ ਇਸ ਤੋਂ ਪ੍ਰਬੰਧਕਾਂ ਦਾ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦੀ ਹਾਂ ਤੁਹਾਡਾ ਆਉਣ ਦਾ ਖਾਸ ਕਰਕੇ ਧੰਨਵਾਦੀ ਹਾਂ ਤੇ ਮੈਂ ਇਹ ਬੇਨਤੀ ਆਖਰ ਦੇ ਵਿੱਚ ਜਰੂਰ ਕਰਾਂਗਾ ਵੀ ਤੁਸੀਂ ਬਾਕੀ ਦੀਆਂ ਸੰਗਤਾਂ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸੋ YouTube ਦੇ ਉੱਤੇ ਡਾਕਟਰ ਹਰਸ਼ਿੰਦਰ ਕੌਰ ਦਾ ਨਾਮ ਪਾ ਦਿਓ ਤੇ ਤੁਹਾਨੂੰ ਇਹਨਾਂ ਦੀਆਂ ਸਪੀਚਾਂ ਇਹਨਾਂ ਦੀਆਂ ਗੱਲਾਂ ਉਹ ਪਤਾ ਲੱਗ ਜਾਣਗੀਆਂ ਤੇ ਅਗਲਾ ਜਿਹੜਾ ਲੈਕਚਰ ਹੈ ਇਹਨਾਂ ਦਾ ਉਹ ਕੱਲ ਨੂੰ ਗ੍ਰਾਮ ਸ੍ਰੀ ਰਾਮਗੜੀਆ ਗੁਰਦੁਆਰੇ 7 ਵਜੇ ਤੇ ਤੁਸੀਂ ਉੱਥੇ ਸਾਰੇ ਆਓ ਜਿਹੜੇ ਨਹੀਂ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸੋ ਤਾਂ ਕਿ ਉੱਥੇ ਬਹੁਤ ਗਿਣਤੀ ਦੇ ਵਿੱਚ ਇਹਨਾਂ ਦਾ ਲੈਕਚਰ ਜਿਹੜਾ ਉਹ ਸੁਣਿਆ ਜਾਵੇ ਤੁਹਾਡਾ ਬਹੁਤ-ਬਹੁਤ ਧੰਨਵਾਦ ਮੈਂ ਕੋਈ ਗਲਤੀ ਕਰ ਗਿਆ ਹੋਵਾਂ ਤੇ ਜੀ ਰੂਮ ਆਫ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ